ਬਿਹਾਰ ਵਿਧਾਨ ਸਭਾ ਦੇ ਵਿੱਚ ਆਪਾਂ ਦੋਹਾਂ ਪੱਖਾਂ ਨੂੰ ਹੀ ਜ਼ਿੰਮੇਵਾਰ ਠਹਿਰਾਵਾਂਗੇ ਇਹਦੇ 'ਚ ਸੱਤਾਧਾਰੀ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਤੇ ਵਿਰੋਧੀ ਧਿਰ ਦੇ ਹੰਗਾਮਾ ਕੀਤਾ ਉਹ ਵੀ ਜ਼ਿੰਮੇਵਾਰ ਆ ਤੇ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਤਾਂ ਲੋਕਤੰਤਰ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਕਰ ਦਿੱਤਾ ਲੋਕਤੰਤਰ ਦਾ ਜਨਾਜ਼ਾ ਹੀ ਕੱਢਦਾ ਇਹ ਵੀ ਕਹਿ ਸਕਦੇ ਹਾਂ ਕੱਲ੍ਹ ਕਰੀਏ ਪ੍ਰਧਾਨ ਮੰਤਰੀ ਦੀ ਉਹ ਬੋਲੇ ਵੀ ਨਹੀਂ ਐ ਤੇ ਸਭ ਕੁਝ ਸੁਣਦੇ ਆ ਅੱਖਾਂ ਨਾਲ ਸਭ ਕੁਝ ਵੇਖਦੇ ਪਰ ਹਾਲੇ ਤੱਕ ਉਹ ਇੰਨੀ ਵੱਡੀ ਚੁੱਪ ਕਿਉਂ ਤਾਰੀ ਬੈਠੇ ਇਸ ਮੁੱਦੇ ਨੂੰ ਖਾਸ ਤੌਰ ਤੇ ਇਸ ਦੇ ਪਿੱਛੇ ਪਹਿਲਾਂ ਰੋਲਾ ਤਾਂ ਇਹ ਸੀ ਪੇ ਕਾਰਬੂਰੇਟਰ ਕਰਾਣਿਆ ਦਾ ਬਹੁਤ ਵੱਡਾ ਰੋਲ ਆ ਜਿਹਦੇ ਕਰਕੇ ਸਰਕਾਰ ਉਹਨਾਂ ਦੇ ਅੱਗੇ ਝੁਕੀ ਪਈ ਆ ਤੇ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਆ ਉਸ ਦੀ ਜਿਹੜੀ ਉਹ ਦਾਖਲ ਹੋਣ ਦੀ ਗੱਲ ਇੱਥੋਂ ਤੱਕ ਪਹੁੰਚ ਗਈ ਕੇ ਉਹਨਾਂ ਨੇ ਵਿਧਾਇਕਾਂ ਨੂੰ ਕਸੀਡ ਕਸੀਡ ਕੇ ਬਾਹਰ ਲਿਆਂਦਾ ਇਹ ਵੀ ਇੱਕ ਵੱਡੀ ਇਤਿਹਾਸਕ ਗੱਲ ਆ ਕਿਸੇ ਨੂੰ ਅੰਦਾਜ਼ਾ ਨਹੀਂ ਹੋਣਾ ਪਏ ਇਹ ਸਰਕਾਰਪੀਓ ਜਿਹੜੀ ਆ ਇਹ ਉਥੋਂ ਦੀ ਉਦਵ ਸਰਕਾਰ ਲਈ ਆਫਤ ਬਣ ਕੇ ਆਊਗੀ ਪਰ ਉਹ ਦੇਖੋ ਸਮਾਂ ਇੰਨਾ ਬਦਲਿਆ ਤੇ ਇੱਕ ਸਰਕਾਰਪੀਓ ਤੋਂ ਲੈ ਕੇ ਮੁੜ ਕੇ ਆ ਗਿਆ ਲੈਟਰ ਬੰਬ ਮੁੜ ਕੇ ਗੱਡੀਆਂ ਦੀ ਇੰਨੀ ਕਿ ਬਰਾਮਦ ਕੀ ਵੇ 6 ਗੱਡੀਆਂ ਬਰਾਮਦ ਕਰ ਲਈਆਂ ਹੁਣ ਉਹਦੇ ਵਿੱਚ ਇੱਕ ਨਵਾਂ ਰਿਕਾਰਡਿੰਗ ਬੰਬ ਆ ਗਿਆ ਪਤਾ ਨਹੀਂ ਹੋਰ ਕਿੰਨੇ ਕਿੰਨੇ ਬੰਬ ਫਟਣੇ ਆ ਉਹ ਇਹਦੇ ਵਿੱਚ ਇਹ ਵੀ ਲੱਗਦਾ ਕਿ ਕਿਤੇ ਵਿਰੋਧੀ ਪਾਰਟੀਆਂ ਦਾ ਸਿੱਧੇ ਤੌਰ ਤੋਂ ਆ ਸਿੱਧੇ ਤਾੜ ਤੇ ਹੱਥ ਤਾਂ ਨਹੀਂ ਕਿਤੇ ਸਰਕਾਰ ਨੂੰ ਡੀ ਸਟੇਬਲਾਈਜ਼ ਕਰਨ ਦਾ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ। ਅੱਜ ਦੇ ਪ੍ਰੋਗਰਾਮ 'ਚ ਜਿਹੜੇ ਮੁੱਦੇ ਵਿਚਾਰਨੇ ਨੇ ਉਹਨਾਂ ਦੇ ਵਿੱਚ ਹੈ ਕਿਸਾਨੀ ਮੋਰਚਿਆਂ ਤੋਂ ਇਲਾਵਾ ਦੇਸ਼ ਵਿੱਚ ਕਿੱਥੇ-ਕਿੱਥੇ ਬਸੰਤੀ ਰੰਗ ਛਾਇਆ। ਕਰੋਨਾ ਦੇ ਨਵੇਂ ਸਟ੍ਰੇਨ ਨੇ ਕਿੰਨੂ ਵਕਤ ਪਾਇਆ? ਬਿਹਾਰ ਦੀ ਵਿਧਾਨ ਸਭਾ 'ਚ ਕਿਉਂ ਹੋਇਆ ਹੰਗਾਮਾ? ਤੇ ਕੀ ਰਵਾਇਤੀ ਵਿਰੋਧੀ ਆਪਸ ਵਿੱਚ ਕਰਨਗੇ ਹੁਣ ਜੰਗੀ ਅਭਿਆਸ ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਅਪਤਾਰ ਸਿੰਘ ਸ਼ੇਰ ਗਿਲਜੀ ਸ਼ੇਰ ਗਿਲਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ ਧੰਨਵਾਦ ਜੀ ਤੇ ਅੱਜ ਸਭ ਤੋਂ ਪਹਿਲਾ ਜਿਹੜਾ ਮੁੱਦਾ ਫੇਰ ਤੋਂ ਚਰਚਾ ਵਿੱਚ ਬਣਿਆ ਉਹ ਹੈ ਕਿਸਾਨੀ ਸੰਘਰਸ਼ ਵਜੋਂ ਕੱਲ ਅਸੀਂ 23 ਮਾਰਚ ਦਾ ਦਿਨ ਮਨਾਇਆ ਹੈ ਤੇ ਬਸੰਤੀ ਰੰਗ ਕਿੰਨਾ ਕੁ ਤੇ ਕਿੱਥੇ-ਕਿੱਥੇ ਛਾਇਆ ਮੇਰਾ ਰੰਗ ਦੇ ਬਸੰਤੀ ਚੋਲਾ ਜੀ ਬਹੁਤ ਹੀ ਮਕਬੂਲ ਗਈ ਤੇ ਆ ਸ਼ਹੀਦ ਭਗਤ ਸਿੰਘ ਦੇ ਨਾਲ ਜੁੜਿਆ ਜੀ ਜਿਹਨੂੰ ਸੁਣ ਕੇ ਜਿਹਨੂੰ ਗਾ ਕੇ ਬੰਦਾ ਆਪਣੇ ਆਪ ਚ ਵੀ ਇੱਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਆ ਜੋਸ਼ ਆ ਜਾਂਦਾ ਆ ਜੀ ਵੀ ਮੈਂ ਵੀ ਆਪਣੇ ਦੇਸ਼ ਲਈ ਕੁਝ ਕਰ ਗੁਜ਼ਰਾ ਹੂੰ ਹੂੰ ਜੋ ਕੁਝ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੇ ਕੀਤਾ ਸੀਗਾ ਉਹਦੀ ਮਿਸਾਲ ਮੈਨੂੰ ਲੱਗਦਾ ਨਹੀਂ ਪੇ ਆ ਇਸ ਸਮੇਂ ਦੇ ਦੌਰਾਨ ਕਿਤੇ ਮਿਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਤੇ ਮਿਲੇਗੀ ਉਹ ਇੱਕ ਆਪਣੇ ਆਪ ਚ ਇੱਕ ਭਗਤ ਸਿੰਘ ਕਲਾ ਇਨਕਲਾਬੀ ਹੂੰ ਦੇਸ਼ ਭਗਤ ਜੀ ਇਥੋਂ ਤੱਕ ਹੀ ਸੀਮਤ ਨਹੀਂ ਸੀ ਉਹ ਇੱਕ ਸੋਚ ਸੀ ਜਿਹੜੀ ਅੱਜ 90 ਸਾਲਾਂ ਬਾਅਦ ਵੀ ਨੌਜਵਾਨਾਂ ਦੇ ਵਿੱਚ ਉੱਨੀ ਹੀ ਪਰਪੱਕਿਆ ਹੂੰ ਜਿਨੀ ਉਦੋਂ ਹੋਇਆ ਕਰਦੀ ਸੀ ਜਾਂ ਇਨ੍ਹਾਂ ਸਮੇਂ ਦੌਰਾਨ ਹੋਈ ਸੀ ਜੀ ਪਰ ਅਫਸੋਸ ਫਿਰ ਇਸ ਗੱਲ ਦਾ ਆ ਜਾਂਦਾ ਪੇ 90 ਸਾਲ ਬੀਤ ਗਏ ਜੇ ਇਸ ਸ਼ਖਸ ਨੂੰ ਦੇਸ਼ ਦੀ ਆਜ਼ਾਦੀ ਦਾ ਸੁਪਨਾ ਦੇਖਣਦਿਆਂ ਨੂੰ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੱਸਦੇ ਹੱਸਦੇ ਆ ਮਿਸਾਲ ਪੈਦਾ ਕਰ ਦਿੱਤੀ ਉਹਨੂੰ ਅਜੇ ਵੀ ਸ਼ਹੀਦ ਦਾ ਦਰਜਾ ਜਿਹੜਾ ਸਰਕਾਰੀ ਰਿਕਾਰਡਾਂ ਦੇ ਵਿੱਚ ਨਹੀਂ ਹੈਗਾ ਕੀ ਆਪਾਂ ਸਿਰਫ ਉਹਨਾਂ ਦਾ ਇੱਕ ਸ਼ਹੀਦੀ ਦਿਨ ਮਨਾਉਣਾ ਤੇ ਇੱਕ ਜਨਮ ਦਿਨ ਮਨਾਉਣ ਤੱਕ ਸੀਮਤ ਰਹਿ ਗਏ ਆ ਕਿ ਉਹਨਾਂ ਨੂੰ ਇਹੋ ਜਿਹਾ ਸਨਮਾਨ ਮਾਣ ਜਿਹੜਾ ਦਿੱਤਾ ਜਾਣਾ ਚਾਹੀਦਾ ਸੀ ਉਹ ਹਲੇ ਤੱਕ ਵੀ ਨਹੀਂ ਦਿੱਤਾ ਗਿਆ ਇੱਥੋਂ ਤੱਕ ਕਿ ਪਾਕਿਸਤਾਨ ਵੀ ਉਹਨੂੰ ਆਪਣਾ ਕੌਮੀ ਹੀਰੋ ਮੰਨਦਾ ਆ ਜੀ ਸ਼ਹੀਦ-ਏ-ਆਜ਼ਮ ਜਿਹੜਾ ਇਹ ਰਤਬਾ ਬਹੁਤ ਵੱਡਾ ਆ ਜਿਹੜਾ ਕਿ ਪਾਕਿਸਤਾਨ ਆਪਣਾ ਜਿਹੜਾ ਜਨਾਹ ਸੀ ਉਹਨਾਂ ਦਾ ਮੁਹੰਮਦ ਅਲੀ ਜਨਾਹ ਉਹਨੂੰ ਉਹਨਾਂ ਨੇ ਕਾਇਦ-ਏ-ਆਜ਼ਮ ਨਾਲ ਪੁਕਾਰਿਆ ਗਿਆ ਸੀਗਾ ਜੀ ਔਰ ਉਸ ਲਹਿਜੇ ਜੇ ਦੇਖਿਆ ਜਾਵੇ ਤਾਂ ਸ਼ਹੀਦ-ਏ-ਆਜ਼ਮ ਦੀ ਜਿਹੜੀ ਉਪਾਧੀ ਆ ਬਹੁਤ ਵੱਡੀ ਹੁੰਦੀ ਆ ਪਰ ਸਰਕਾਰੀ ਰਿਕਾਰਡਾਂ ਦੇ ਵਿੱਚ ਸ਼ਹੀਦ ਦਾ ਦਰਜਾ ਕਿਉਂ ਨਹੀਂ ਜੀ ਇਹ ਸਵਾਲ ਲਗਾਤਾਰ ਉੱਠ ਰਿਹਾ ਸਰਕਾਰਾਂ ਤੇ ਬਦਲਦੀਆਂ ਰਹੀਆਂ ਕੋਈ ਆ ਗਈ ਕਦੀ ਕੋਈ ਆ ਗਈ ਕਿਸੇ ਨੇ ਇੱਧਰ ਵੱਲ ਨੂੰ ਧਿਆਨ ਦਿੱਤਾ ਨਹੀਂ ਇਹ ਬਹੁਤ ਆਪਾਂ ਸ਼ਹੀਦ ਨੂੰ ਮੰਨਦੇ ਆ ਉਹਨਾਂ ਦਾ ਸ਼ਹੀਦੀ ਦਿਨ ਮਨਾਉਂਦੇ ਆ ਸਾਰਾ ਕੁਝ ਕਰਦੇ ਆ ਪਰ ਇਦਾਂ ਦੇ ਜਦੋਂ ਮਾਨਸਨਮਾਨ ਦੀ ਗੱਲ ਆਉਂਦੀ ਆ ਤੇ ਉਦੋਂ ਹੱਥ ਪਿਛਾਂ ਹੋ ਜਾਂਦੇ ਆ ਜੀ ਮੌਜੂਦਾ ਦੌਰ ਵਿੱਚ ਜਦੋਂ ਕਿਸਾਨੀ ਮੋਰਚਾ ਚੱਲ ਰਿਹਾ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਉਸ ਸ਼ਹੀਦ ਦਾ ਜਿਹੜਾ ਇੱਕ ਸੁਪਨਾ ਸੀ ਜੋ ਉਹ ਉਸ ਵੇਲੇ ਅੰਦੋਲਨ ਨੂੰ ਲੈ ਕੇ ਚੱਲਿਆ ਸੀ ਉਹ ਅੰਦੋਲਨ ਇਸ ਵੇਲੇ ਫੇਰ ਕਿਸਾਨੀ ਮੋਰਚਿਆਂ ਦੇ ਵਿੱਚ ਇਨਕਲਾਬ ਬਣ ਕੇ ਉੱਭਰਿਆ ਹੋਇਆ ਜੀ ਕੱਲ ਦਾ ਇੱਕ ਦਿਨ ਜਿੱਥੇ ਵੀ ਬਾਰਡਰਾਂ ਤੇ ਦਿੱਲੀ ਦੇ ਬੈਠੇ ਕਿਸਾਨਾਂ ਦੇ ਮੋਰਚੇ ਲੱਗੇ ਹੋਆ ਉਥੇ ਉਹਨਾਂ ਨੇ ਨੌਜਵਾਨਾਂ ਨੂੰ ਸਟੇਜਾਂ ਸੰਭਾਲੀਆਂ ਹੋਈਆਂ ਸੀਗੀਆਂ ਸਾਰਾ ਪ੍ਰਬੰਧ ਨੌਜਵਾਨਾਂ ਨੇ ਕਰਨਾ ਸੀ ਤਕਰੀਰਾਂ ਵੀ ਉਥੋਂ ਦੇ ਆਉਣ ਜਾਣ ਬਾਰੇ ਵੀ ਦੇਖਣਾ ਸੀ ਜੋ ਵੀ ਸੀਗਾ ਸਾਰਾ ਤਾਂ ਨੌਜਵਾਨਾਂ ਦੇ ਹੱਥ ਸੀਗਾ ਇੱਕ ਗੱਲ ਦਾ ਇਹ ਸੰਦੇਸ਼ ਵੀ ਗਿਆ ਕਿ ਨੌਜਵਾਨ ਜੜੇ ਆ ਪੂਰੀ ਤਰ੍ਹਾਂ ਕਿਸਾਨ ਆਗੂਆਂ ਦੇ ਨਾਲ ਕਿਸਾਨ ਮੋਰਚਿਆਂ ਦੇ ਨਾਲ ਖੜੇ ਆ ਉਸ ਤੋਂ ਅਗਲੀ ਗੱਲ ਜਿਹੜਾ ਇਹਨਾਂ ਨੇ ਖਟਕੜ ਕਲਾ ਜਿਹੜਾ ਆ ਜੱਦੀ ਪਿੰਡ ਆ ਭਗਤ ਸਿੰਘ ਹੋਰਾਂ ਦਾ ਉੱਥੇ ਵੀ ਕਿਸਾਨਾਂ ਦੀ ਇੱਕ ਮਹਾਂ ਰੈਲੀ ਸੀ ਜਿਹਨੂੰ ਕਿ ਬਹੁਤ ਵੱਡਾ ਲਾਹ-ਮਿਸਾਲ ਇਕੱਠ ਦੇਖਣ ਨੂੰ ਮਿਲਿਆ ਔਰ ਉਹਦਾ ਹੰਗਾਰਾ ਜਿਹੜਾ ਬੇਮਿਸਾਲ ਸੀਗਾ ਜੀ ਜਿਹਦੇ ਵਿੱਚ ਗਾਇਕਾਂ ਨੇ ਕਲਾਕਾਰਾਂ ਨੇ ਉਸ ਸ਼ਖਸੀਅਤ ਦੇ ਬਾਰੇ ਬਿਆਨ ਦਿਆਂ ਦੱਸਿਆ ਪਏ ਜਿਵੇਂ ਉਦੋਂ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਅਜੀਤ ਸਿੰਘ ਹੋਰਾਂ ਨੇ ਅੰਦੋਲਨ ਸ਼ੁਰੂ ਕਰਕੇ ਅੰਗਰੇਜ਼ਾਂ ਨੂੰ ਵਕਤ ਪਾਤਾ ਸੀਗਾ ਤੇ ਅੰਗਰੇਜ਼ਾਂ ਨੂੰ ਉਸ ਅੰਦੋਲਨ ਦੇ ਮੋਰੇ ਹਾਰ ਕਬੂਲਣੀ ਪਈ ਸੀਗੀ ਤੇ ਉਸੇ ਤਰੀਕੇ ਨਾਲ ਜੋ ਕਿਸਾਨ ਅੰਦੋਲਨ ਚੱਲ ਰਿਹਾ ਜਿਸ ਲੀਹ ਤੇ ਜਿਸ ਸੋਚ ਨੂੰ ਜਿਸ ਤਰੀਕੇ ਨਾਲ ਅੱਗੇ ਵਧ ਰਿਹਾ ਆ ਉਹ ਇਹੇ ਤਕਰੀਰਾਂ ਕੱਲ ਕੀਤੀਆਂ ਗਈਆਂ ਵੀ ਅਸੀਂ ਜਿੱਤ ਕੇ ਹੀ ਹਟਾਂਗੇ ਗਾਇਕਾ ਨੇ ਵੀ ਇਹ ਕਿਹਾ ਤੇ ਹੋਰ ਜਿਹੜੇ ਬੁੱਧੀਜੀਵੀ ਸੀਗੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੀਗੇ ਨਵੀਂ ਗੱਲ ਉੱਥੇ ਦੇਖਣ ਨੂੰ ਮਿਲੀ ਪਿਆ ਖਟਕੜ ਕਲਾ ਦੇ ਵਿੱਚ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਸੀ ਉਹ ਵੀ ਪੂਰੀ ਭਰਵੀ ਸ਼ਮੂਲੀਅਤ ਨਾਲ ਉੱਥੇ ਮੌਜੂਦ ਉੱਥੇ ਗਏ ਸੀਗੇ ਇਸ ਦੇ ਨਾਲ ਵੱਖ-ਵੱਖ ਸੰਪਰਦਾਵਾਂ ਦੇ ਆਗੂ ਵੀ ਮੌਜੂਦ ਸੀ ਉਸ ਕਿਸਾਨੀ ਸਮਾमेलन ਕਿਸਾਨੀ ਮਹਾਰੈਲੀ ਦੇ ਵਿੱਚ ਇਹ ਵੀ ਇੱਕ ਨਵੀਂ ਪਰਤ ਪਈ ਆ ਜਿਹੜੀ ਉੱਥੋਂ ਨਵੀਂ ਗੱਲ ਇੱਕ ਉੱਪਰ ਕੇ ਆਈ ਸਾਹਮਣੇ ਉਹ ਇਹ ਸੀਗੀ ਪੇ ਬੱਬੂ ਮਾਨ ਜਿਹੜਾ ਇੱਕ ਬਹੁਤ ਵੱਡਾ ਗਾਇਕ ਆ ਉਹਨੇ ਸਾਫ਼ ਸਾ ਸੰਦੇਸ਼ ਦਿੱਤਾ ਕਿਸਾਨਾਂ ਨੂੰ ਵੀ ਤੁਸੀਂ 32 ਕਿਉਂ ਤੁਰੇ ਫਿਰਦੇ ਆ ਕਿਉਂ ਨਾ ਇਹਨੂੰ ਇੱਕ ਹੋ ਜਾਣ ਜੀ ਤੇ ਆਉਂਦੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋ ਵੀ ਇਹ 32 ਜਥੇਬੰਦੀਆਂ ਇੱਕ ਹੋ ਜਾਣ ਇੱਕ ਪਲੇਟਫਾਰਮ ਇਹਨਾਂ ਨੂੰ ਮਿਲ ਜਾਏ ਇੱਕੋ ਹੀ ਕਹਾਉਣ ਜੀ ਬਾਰ-ਬਾਰ ਆਪਾਂ ਜਦੋਂ ਇੰਨੇ ਚੰਦੇ ਤੁਰੇ ਹਾਂ ਤਾਂ 32 32 32 ਗਿਣੀ ਜਾਂਦੇ ਆ ਜਦੋਂ ਆਪਾਂ ਕਵਾਂਗੇ ਨਾ ਇੱਕ ਰਹਿ ਗਏ ਤਾਂ ਫਿਰ ਉਹਦੇ ਵਿੱਚ ਸਾਰੇ ਇਕੱਠੇ ਹੋ ਜਾਣਗੇ ਆ ਉਹਦੇ ਪ੍ਰਤੀ ਕੀ ਕਿਸਾਨਾਂ ਦਾ ਹੰਗਾਰਾ ਹੋਊਗਾ ਕੀ ਉਹਦੇ ਬਾਰੇ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਇਹ ਜਿਹੜਾ ਮੈਸੇਜ ਆ ਇਹ ਇੱਕ ਵਧੀਆ ਮੈਸੇਜ ਦਿੱਤਾ ਬਬੂ ਮਨ ਹੋਣਾ ਜੀ ਬਾਕੀ ਜਿਹੜਾ ਤੁਸੀਂ ਬਸੰਤੀ ਰੰਗ ਆਪਾਂ ਕੰਨੇ ਆ ਉਹ ਟੋਟਲ ਕਿਸਾਨੀ ਅੰਦੋਲਨ ਹੂੰ ਹੂੰ ਕੱਲ ਦਾ ਦਿਨ ਵਾਸਤੇ ਬਸੰਤੀ ਰੰਗ ਵਿੱਚ ਰੰਗਿਆ ਗਿਆ ਸੀਗਾ ਇਹ ਸਿਰਫ ਕੱਲ ਦਾ ਦਿਨ ਨਹੀਂ ਆ ਜੇ ਆਪਾਂ ਪਿਛਲੇ ਦਿਨਾਂ ਵਿੱਚ ਆਤ ਮਾਰੀਏ ਤਾਂ ਉਦੋਂ ਵੀ ਜਿੱਥੇ ਕਿੱਥੇ ਬੀਬੀਆਂ ਵੱਡੀ ਗਿਣਤੀ 'ਚ ਪਹੁੰਚਦੀਆਂ ਸੀਗੀਆਂ ਤੇ ਉਹ ਵੀ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪਹੁੰਚਦੀਆਂ ਸੀਗੀਆਂ ਜੇ ਨੌਜਵਾਨ ਕੋਈ ਬਾਰਡਰਾਂ ਤੇ ਮੋਰਚਿਆਂ ਦੇ ਪਹੁੰਚਦੇ ਸੀਗੇ ਤਾਂ ਉਹ ਵੀ ਬਸੰਤੀ ਰੰਗ ਦੇ ਪੱਗਾ ਬਣ ਕੇ ਪਹੁੰਚਦੇ ਸੀਗੇ ਗਾਜ਼ੀਪੁਰ ਬਾਰਡਰ ਦੇ ਉੱਤੇ ਤਾਂ ਉਹਨਾਂ ਨੇ ਇੱਕ ਪਗੜੀ ਦਾ ਲੰਗਰ ਵੀ ਲਗਾਇਆ ਜਿੱਥੇ ਉਹਨਾਂ ਨੇ ਆਏ ਹੋਏ ਕਿਸਾਨਾਂ ਨੂੰ ਨੌਜਵਾਨਾਂ ਨੂੰ ਉਥੇ ਆਪਣੇ ਤੌਰ ਤੋਂ ਆਪਣੇ ਵੱਲੋਂ ਪਗੜੀ ਦੇ ਕੇ ਬਸੰਤੀ ਰੰਗ ਦੀ ਔਰ ਉਹਨਾਂ ਦੇ ਸਿਰਾਂ ਤੇ ਬੰਨ ਕੇ ਇਹ ਦਿਖਾ ਲਿਆ ਜੀ ਗੱਲ ਆਉਂਦੀ ਆ ਪੇ ਇਸ ਅੰਦੋਲਨ ਦਾ ਜਿਸ ਤਰ੍ਹਾਂ ਦਾ ਰੁਖ ਅਖਤਿਆਰ ਹੋ ਰਿਹਾ ਹੂੰ ਹੂੰ ਪਹਿਲਾਂ ਤੋਂ ਵੀ ਬਹੁਤ ਮਜ਼ਬੂਤ ਸੀ ਜਦੋਂ ਇਸ ਤਰੀਕੇ ਨਾਲ ਕੋਈ ਨਵਾਂ ਦਿਨ ਆਉਂਦਾ ਆ ਦਿਨ ਤੇ ਹਾਰ ਮਨਾਉਨੇ ਆ ਜਾਂ ਇਨ੍ਹਾਂ ਦੇ ਕ੍ਰਾਂਤੀਕਾਰੀ ਆਗੂਆਂ ਦਾ ਆਪਾਂ ਦਿਨ ਮਨਾਉਨੇ ਤੇ ਉਦੋਂ ਜੋਸ਼ ਹੋਰ ਭਰ ਜਾਂਦਾ ਜੀ ਇਸ ਜੋਸ਼ ਦੇ ਅੱਗੇ ਇਹਦਾ ਮੈਸੇਜ ਕੇਂਦਰ ਸਰਕਾਰ ਨੂੰ ਜਾਂਦਾ ਕਿ ਨਹੀਂ ਜਾਂਦਾ ਕੇਂਦਰ ਸਰਕਾਰ ਇਹਦੇ ਪ੍ਰਤੀ ਕੀ ਰਵੱਈਆ ਅਪਣਾਉਂਦੀ ਆ ਇਹ ਆਪਾਂ ਨੂੰ ਵੀ ਪਤਾ ਜੰਗੀ ਤਰ੍ਹਾਂ ਜੀ ਤੇ ਅਜੇ ਉਹਨਾਂ ਦਾ ਕੋ ਰਿਸਪੌਂਸ ਆਇਆ ਨਹੀਂ ਗੱਲਬਾਤ ਉੱਥੇ ਖੜੀ ਆ ਕਹੇ ਦੋਨੋਂ ਪਾਸੇ ਰਹਿ ਆ ਤੁਰ ਕਿਦਨੂੰ ਨਹੀਂ ਰਹੀ ਹਜੇ ਪਰ ਦਬਾਅ ਪਾਉਣ ਦਾ ਜਿਹੜਾ ਤਰੀਕਾ ਸੀ ਕਿਸਾਨਾਂ ਦਾ ਉਹ ਦਿਨ ਪ੍ਰਤੀ ਦਿਨ ਨਵਾਂ ਰਣਨੀਤੀ ਲਿਆ ਕੇ ਕਰਨ ਦਾ ਵਧੀਆ ਆ ਜੀ ਦੇਵਤਾਰ ਜੀ ਵਿਚੋਂ ਹੀ ਟੋਕਰੀਆਂ 26 ਦੀ ਤਿਆਰੀ ਦਾ ਕੀ ਮਾਹੌਲ ਵੇਖਦੇ ਹੋਇਆ ਇਸ ਵੇਲੇ ਤੁਸੀਂ ਬਿਲਕੁਲ ਇਹਦੇ ਬੇਸ ਤੇ ਹੀ 26 ਨੂੰ ਜਿਹੜਾ ਬੰਦ ਦਾ ਐਲਾਨ ਕੀਤਾ ਭਾਰਤ ਦਾ ਉਹਦੇ ਲਈ ਵੀ ਇਹਦੇ ਆਧਾਰ ਤੇ ਹੀ ਰਣਨੀਤੀ ਤਿਆਰ ਕੀਤੀ ਜਾਊਗੀ ਤਾਂ ਕਿ ਉਹਨੂੰ ਇੱਕ ਵੱਡਾ ਹੰਗਾਰਾ ਮਿਲੇ ਇਹ ਬੰਦ ਕੇਵਲ ਪੰਜਾਬ ਹਰਿਆਣਾ ਯੂਪੀ ਤੱਕ ਸੀਮਿਤ ਨਾ ਰਵੇ ਜੀ ਪੂਰੇ ਦੇਸ਼ 'ਚ ਇਸ ਬੰਦ ਦਾ ਅਸਰ ਦੇਖਣ ਨੂੰ ਮਿਲੇ ਤਾਂ ਹੀ ਸਿਕੰਦਰ ਸਰਕਾਰ ਤੇ ਜਿਹੜਾ ਦਬਾਅ ਪਹਿਲਾਂ ਹੀ ਬਣਿਆ ਹੋਰ ਬਣਾਉਣ ਦੇ ਵਿੱਚ ਕਾਮਯਾਬ ਹੋਣਗੇ ਕਿਸਾਨ ਜੀ ਇਹਦੇ ਲਈ ਲਾਂ ਮੰਡੀ ਬੜੀ ਵੱਡੇ ਪੱਧਰ ਤੇ ਹੋ ਰਹੀ ਆ ਨਾ ਕੇਵਲ ਪੰਜਾਬ ਹਰਿਆਣਾ ਯੂਪੀ ਦੇ ਵਿੱਚ ਹੀ ਨਹੀਂ ਜੀ ਬਲਕਿ ਕਿਸਾਨ ਆਗੂ ਜੜੇ ਆ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾ ਰਹੇ ਆ ਟਕੈ ਸਾਹਿਬ ਆਪਾਂ ਦੇਖਿਆ ਉਹ ਓਡੀਸ਼ਾ ਗਏ ਕਰਨਾਟਕ ਗਾਇ ਤਾਮਿਲਨਾਡੂ ਗਾਇ ਕਰਨਾਟਕ ਦੇ ਵਿੱਚ ਤਾਂ ਉਹਨਾਂ ਨੇ ਇਹ ਦੇਖਿਆ ਪੇ ਹਰੀਆਂ ਝੰਡੀਆਂ ਔਰ ਹਰੇ ਪਟਕਿਆਂ ਦਾ ਉੱਥੇ ਤਾਂ ਇੱਕ ਸਹਲਾਬ ਹੀ ਆ ਗਿਆ ਸੀਗਾ ਔਰ ਉੱਥੇ ਟਿਕਾਇਆ ਸਾਹਿਬ ਨੇ ਵੀ ਉੱਥੇ ਐਲਾਨ ਕਰਕੇ ਆਏ ਸੀਗੇ ਵੀ ਤੁਸੀਂ ਵੀ ਕਿਸਾਨ ਲੋਕ ਜਿਹੜੇ ਆ ਉਹ ਜਿੱਦਾਂ ਅਸੀਂ ਦਿੱਲੀ ਦੇ ਬਰੂਹਾਾਂ ਤੇ ਦਿੱਲੀ ਨੂੰ ਘੇਰੀ ਬੈਠੇ ਆ ਇਦਾਂ ਤੁਸੀਂ ਵੀ ਜਿਹੜਾ ਵਿਧਾਨ ਸਭਾ ਵੱਲੋਂ ਜਾਂਦੇ ਮਾਰਗ ਹੂੰ ਹੂੰ ਉਹਨੂੰ ਘੇਰ ਕੇ ਉੱਥੇ ਮੋਰਚੇ ਲਾ ਕੇ ਬੈਠੋ ਤਾਂ ਕਿ ਇਸ ਸੂਬੇ ਰਾਹੀਂ ਕੇਂਦਰ ਤੇ ਦਬਾਅ ਪਾਇਆ ਜਾ ਸਕੇ ਸੋ ਇਹਨਾਂ ਦੀ ਜਿਹੜੀ ਰਣਨੀਤੀ ਆ ਕਿ ਵੱਧ ਤੋਂ ਵੱਧ ਨੂੰ ਹੰਗਾਰਾ ਮਿਲੇ ਇਹ ਬੰਦ ਕੁਝ ਸੂਬਿਆਂ ਤੱਕ ਸੀਮਿਤ ਨਾ ਰਹਿ ਕੇ ਪੂਰੇ ਦੇਸ਼ 'ਚ ਫੈਲੇ ਔਰ ਇਹਦੇ ਪ੍ਰਤੀ ਉਹਨਾਂ ਨੇ ਪਹਿਲਾਂ ਹੀ ਐਲਾਨ ਕੀਤਾ ਆ ਕਿ ਨਾ ਤਾਂ ਸੜਕੀ ਆਵਾਜੇ ਚੱਲੇਗੀ ਨਾ ਰੇਲ ਆਵਾਜੇ ਚੱਲੇਗੀ ਚਲਣਾ ਇਹਨਾਂ ਨੇ ਸ਼ਾਂਤਮਈਆ ਉਹ ਪਹਿਲਾ ਹੀ ਮੰਤਰ ਇਹਨਾਂ ਦਾ ਹੈਗਾ ਪਰ ਰਹਿਣਾ ਸ਼ਾਂਤਮਈਆ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਔਰ ਇਹਨਾਂ ਦੇ ਜਿਹੜੇ ਅਸੂਲ ਆ ਉਹ ਪੱਕੇ ਆ ਪੇ ਨਾ ਤਾਂ ਕਿਸੇ ਐਂਬੂਲੈਂਸ ਨੂੰ ਰੋਕਣਾ ਨਾ ਕਿਸੇ ਬਹੁਤ ਜ਼ਰੂਰੀ ਕੰਮ ਜਾਣ ਵਾਲੇ ਬੰਦੇ ਨੂੰ ਰੋਕਣਾ ਇਹ ਪਹਿਲਾਂ ਵੀ ਇਹਨਾਂ ਦਾ ਆਪਾਂ ਦੇਖਿਆ ਬੰਦ ਬੜਾ ਸ਼ਾਂਤੀਪੂਰਨ ਰਿਹਾ ਜਦੋਂ ਵੀ ਇਹਨਾਂ ਨੇ ਕੀਤਾ ਚਾਹੇ ਚੱਕਾ ਜਾਮ ਸੀ ਚਾਹੇ ਰੇਲ ਜਾਮ ਸੀਗਾ ਇਹ ਨਾਲ ਦੀ ਨਾਲ ਉਹਨਾਂ ਤੋਂ ਮਾਫੀ ਵੀ ਮੰਗਦੇ ਰਹੇ ਲੋਕਾਂ ਤੋਂ ਤੇ ਸਾਡੀ ਮਜਬੂਰੀ ਆ ਅਸੀਂ ਤੁਹਾਨੂੰ ਪਰੇਸ਼ਾਨ ਨਹੀਂ ਸੀ ਕਰਨਾ ਸਰਕਾਰ ਸਾਨੂੰ ਇਹ ਕੰਮ ਕਰਨ ਲਈ ਮਜਬੂਰ ਕਰ ਰਹੀ ਆ ਇਸ ਕਰਕੇ ਸਾਨੂੰ ਮਾਫੀ ਆ ਸਾਡੇ ਵੱਲੋਂ ਲੰਗਰ ਦੀ ਸੇਵਾ ਲਓ ਜੀ ਸਾਡੇ ਵੱਲੋਂ ਪਾਣੀ ਦੀ ਸੇਵਾ ਲਓ ਜੇ ਛੋਟੇ-ਛੋਟੇ ਬੱਚੇ ਆਜਾਮ ਚ ਫਸੇ ਤਾਂ ਉਹਨਾਂ ਨੂੰ ਦੁੱਧ ਵੀ ਪਿਆਇਆ ਇਸ ਤਰੀਕੇ ਦਾ ਜਿਹੜਾ ਮਨੁੱਖਤਾ ਪ੍ਰਤੀ ਇੱਕ ਸੁਨੇਹਾ ਦੇ ਕੇ ਕੇਂਦਰ ਨੂੰ ਚੇਤਾਰਨਾ ਵੀ ਅਸੀਂ ਤੁਹਾਡੇ ਪ੍ਰਤੀ ਜਿਹੜਾ ਪ੍ਰਦਰਸ਼ਨ ਵੀ ਕਰ ਰਹੇ ਆ ਪਰ ਸਾਡੇ ਵਿੱਚ ਮਨੁੱਖਤਾ ਵੀ ਹੈਗੀ ਆ ਅਸੀਂ ਇਸ ਮਨੁੱਖਤਾ ਨੂੰ ਭੁੱਲੇ ਨਹੀਂ ਐ ਨਾ ਹੀ ਅਸੀਂ ਇਹਨੂੰ ਛੱਡ ਸਕਦੇ ਕਿਉਂ ਸਾਡੀ ਇਹ ਪਰੰਪਰਾ ਆ ਸਾਨੂੰ ਵਿਰਾਸਤ ਚ ਮਿਲੀ ਆ ਅਸੀਂ ਉਨਾਂ ਜਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿੰਨਾ ਚਿਰ ਸਾਡਾ ਉਹ ਨੁਕਸਾਨ ਨਹੀਂ ਕਰਦਾ ਜੀ ਤੇ ਅਵਤਾਰ ਜੀ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਦੀ ਜੀ ਉਹ ਬੋਲੇ ਵੀ ਨਹੀਂ ਹੈ ਤੇ ਸਭ ਕੁਝ ਸੁਣਦੇ ਆ ਅੱਖਾਂ ਨਾਲ ਸਭ ਕੁਝ ਵੇਖਦੇ ਪਰ ਹਾਲੇ ਤੱਕ ਉਹ ਇੰਨੀ ਵੱਡੀ ਚੁੱਪ ਕਿਉਂ ਧਾਰੀ ਬੈਠੇ ਇਸ ਮੁੱਦੇ ਨੂੰ ਖਾਸ ਤੌਰ ਤੇ ਕਿਤੇ ਡਬਲਯੂਟੀਓ ਦਾ ਮਾਮਲਾ ਤਾਂ ਨਹੀਂ ਇਹਦੇ ਵਿੱਚ ਕੋਈ ਜਾਪਦਾ ਇਹਦੇ ਵਿੱਚ ਕਈ ਤਰ੍ਹਾਂ ਦੇ ਕਾਰਨ ਜਦੋਂ ਤੋਂ ਕਾਨੂੰਨ ਬਣਿਆ ਉਦੋਂ ਤੋਂ ਲੱਭਦੇ ਮਿਲਦੇ ਆਏ ਆ ਪੜਦੇ ਆਏ ਆ ਪੱਪ ਮੀਡੀਆ ਦੇ ਵਿੱਚ ਇਹ ਹੈ ਗੱਲ ਕਿੱਥੇ ਕਿੱਥੇ ਜਾ ਕੇ ਰੁਕ ਜਾਂਦੀ ਆ ਕਿਉਂ ਸਰਕਾਰ ਤੁਰਿਉ ਜਦੋਂ ਗੱਲਬਾਤ ਨੂੰ ਜਾਣ ਵਾਲਾ ਲਹਿਜਾ ਮੀਟਿੰਗ ਚ ਹੋਰ ਹੁੰਦਾ ਉਥੋਂ ਨਿਕਲਣ ਵਾਲਾ ਜਿਹੜਾ ਆਊਟਕਮ ਜਿਹੜੀ ਹੋਰ ਹੋ ਜਾਂਦੀ ਆ ਇਸ ਦੇ ਪਿੱਛੇ ਪਹਿਲਾਂ ਰੋਲਾ ਤਾਂ ਇਹ ਸੀ ਪੇ ਕਾਰਪੋਰੇਟ ਕਰਾਣਿਆਂ ਦਾ ਬਹੁਤ ਵੱਡਾ ਰੋਲ ਆ ਜਿਹਦੇ ਕਰਕੇ ਸਰਕਾਰ ਉਹਨਾਂ ਦੇ ਅੱਗੇ ਝੁਕੀ ਪਈ ਆ ਤੇ ਕਿਸਾਨਾਂ ਨੂੰ ਮਾਰਨ ਤੇ ਤੁਲੀ ਹੋਈ ਆ ਇਹਦਾ ਪਿਛਲਾ ਕਾਰਨ ਇੱਕ ਵੱਡਾ ਇਹ ਵੀ ਸੀ ਪੇ ਡਬਲਯੂਟੀਓ ਸਮਝੌਤਾ ਜਿਹੜਾ ਆ ਵਰਲਡ ਲੈਵਲ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿਸ਼ਵ ਵਪਾਰ ਸੰਸਥਾ ਆ ਜੀ ਉਹਦੇ ਜਿਹੜੀ ਸੰਧੀ ਆ ਉਹਦੇ ਉੱਤੇ ਭਾਰਤ ਵੀ ਹਸਤਾਖਰਿਆ ਜਿਹਦੇ ਵਿੱਚ ਇਹ ਕਿਹਾ ਗਿਆ ਆ ਕਿ ਖੁੱਲੀ ਮੰਡੀ ਦੇਣੀ ਆ ਵਿਸ਼ਵ ਨੂੰ ਹੂੰ ਹੂੰ ਪ੍ਰਧਾਨ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਪੇ ਵਨ ਨੇਸ਼ਨ ਵਨ ਮੰਡੀ ਮਤਲਬ ਇੱਕ ਮੰਡੀ ਪੂਰੇ ਦੇਸ਼ ਨੂੰ ਬਣਾਉਣਾ ਆ ਪਰ ਜਿਹੜੀ ਡਬਲਿਊਟੀਓ ਵਾਲੀ ਗੱਲ ਆ ਉਹ ਪੂਰੇ ਵਰਲਡ ਦੀ ਮੰਡੀ ਇੱਕ ਬਣਾਉਣੀ ਆ ਕਹਿਣ ਤੋਂ ਭਾਵ ਆ ਪੇ ਜਦੋਂ ਹਰੀ ਕ੍ਰਾਂਤੀ ਆ ਗਈ ਸੀਗੀ ਜੀ ਪੰਜਾਬ ਵਿੱਚ ਦੇਸ਼ ਵਿੱਚ ਉਦੋਂ ਅਮਰੀਕਾ ਵਰਗੇ ਦੇਸ਼ਾਂ ਤੋਂ ਕਣਕ ਦੀ ਜੜੀ ਆ ਉਹ ਇੰਪੋਰਟ ਕਰਨੀ ਭਾਰਤ ਨੇ ਬੰਦ ਕਰਤੀ ਸੀ ਜੀ ਉਹਨਾਂ ਦਾ ਉਥੇ ਮਾਲ ਜਿਹੜਾ ਆ ਅਨਾਜ ਵਿਕ ਨਹੀਂ ਰਿਹਾ ਤੇ ਜਦੋਂ WTO ਦੇ ਵਿੱਚ ਹਸਤਾਖਰੀ ਬਣ ਜਾਂਦੇ ਆ ਤੇ ਫੇਰ ਵੱਖ-ਵੱਖ ਦੇਸ਼ਾਂ ਦੇ ਜਿਹੜੇ ਅਨਾਜ ਆ ਜਾਂ ਉਥੋਂ ਦੇ ਉਤਪਾਦ ਆ ਉਹ ਅਗਲੇ ਲਿਆ ਕੇ ਵੀ ਇੰਡੀਆ 'ਚ ਵੇਚਣ ਲੱਗ ਪੈਣਗੇ ਜਿਹਦੇ ਲਈ ਫੇਰ ਮੁੜ ਕੇ ਜਿਹੜਾ ਭਾਰਤ ਵਿੱਚ ਪੈਦਾ ਹੋਇਆ ਉਤਪਾਦ ਕੀਤਾ ਹੋਇਆ ਜਿਹੜਾ ਉਤਪਾਦਨ ਆ ਉਹਦੀ ਫੇਰ ਬੇਕਦਰੀ ਹੋਊਗੀ ਉਹਨੂੰ ਪੁੱਛੂਗਾ ਕੋਈ ਨਹੀਂ ਇਹਦਾ ਵੀ ਰੌਲਾ ਆ ਇਸ ਤਰੀਕੇ ਨਾਲ ਵੀ ਆ ਪਏ ਉਥੇ ਹਸਤਾਖਰੀ ਹੋਣ ਕਰਕੇ ਵੀ ਸਰਕਾਰ ਜਿਹੜੀ ਆ WTO ਨੂੰ ਜਵਾਬ ਦੇਈ ਆ ਤੇ ਇਸ ਵੇਲੇ ਆਪਾਂ ਤੁਹਾਡੇ ਕੋਲੋਂ ਅਗਲੇ ਮੁੱਦੇ ਤੇ ਜਵਾਬ ਲਵਾਂਗੇ ਪਰ ਇਸ ਵੇਲੇ ਬ੍ਰੇਕ ਲੈਣੇ ਆ ਪ੍ਰੋਗਰਾਮ ਚ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਚ ਫਿਰ ਤੋਂ ਸਵਾਗਤ ਕਰਦੇ ਹਾਂ ਤੇ ਅਵਤਾਰ ਜੀ ਅਗਲੇ ਮੁੱਦੇ ਵੱਲ ਆਈਏ ਤੇ ਕਰੋਨਾ ਫਿਰ ਤੋਂ ਤੰਗ ਕਰਨ ਲੱਗ ਪਿਆ ਤੇ ਪੰਜਾਬ ਦਾ ਸਥਿਤੀ ਕਿਹੋ ਜੀ ਹੈ ਜਾਂ ਮਾਹੌਲ ਕਿਹੋ ਜਿਹਾ ਹੈ ਇਸ ਵੇਲੇ ਪਰਮਿੰਦਰ ਜੀ ਕਰੋਨਾ ਬੇਸ਼ੱਕ ਤੰਗ ਕਰਨ ਲੱਗ ਪਿਆ ਦੁਬਾਰਾ ਇਸ ਚ ਕੋਈ ਸ਼ੱਕ ਨਹੀਂ ਹੈ ਭਿਆਨਕ ਰੂਪ ਧਾਰ ਰਿਹਾ ਜੀ ਪੰਜਾਬ ਮਹਾਰਾਸ਼ਟਰ ਔਰ ਹੋਰ ਸੂਬਿਆਂ ਦੇ ਵਿੱਚ ਪ੍ਰਮੁੱਖਤਾ ਨਾਲ ਜੀ ਦਿੱਲੀ ਵੀ ਜਿਹੜੀ ਦੂਜੀ ਲਹਿਰ ਕਿਸੇ ਹੱਦ ਤੱਕ ਕਾਬੂ ਪੈ ਗਈ ਸੀ ਪਰ ਉੱਥੇ ਫਿਰ ਦੁਬਾਰਾ ਤੀਜੀ ਲਹਿਰ ਕਹਿ ਸਕਦੇ ਬਈ ਉੱਠ ਖੜੀ ਹੋਈ ਪਰ ਕਰੋਨਾ ਦਾ ਜਿਹੜਾ ਇਹ ਵਿਕਰਾਲ ਰੂਪ ਬਣਦਾ ਜਾ ਰਿਹਾ ਹੂੰ ਹੂੰ ਸਵਾਲ ਇੱਥੇ ਪੈਦਾ ਹੁੰਦਾ ਬਈ ਆਪਾਂ ਨੂੰ 25 ਮਾਰਚ 2020 2020 ਦੇ ਵਿੱਚ ਜਦੋਂ ਪਹਿਲਾ ਲੋਕਡਾਊਨ ਲੱਗਾ ਸੀ 21 ਦਿਨ ਦਾ ਹੂੰ ਹੂੰ ਉਦੋਂ ਤੋਂ ਲੈ ਕੇ 1 ਸਾਲ ਪੂਰਾ ਹੋ ਗਿਆ ਜੀ ਤੇ ਇਸ 1 ਸਾਲ ਦੇ ਵਿੱਚ ਆਪਾਂ ਕੀ ਸਿੱਖਿਆ ਹੂੰ ਹੂੰ ਲੋਕਾਂ ਨੇ ਕੀ ਸਿੱਖਿਆ ਲਈ ਪਏ ਉਦੋਂ ਦੇ ਹਾਲਾਤ ਜਿਹੜੇ ਆ ਉਹ ਕਿੱਥੇ ਲੈ ਆਏ ਦੇਸ਼ ਨੂੰ ਜੀ ਦੁਨੀਆ ਨੂੰ ਆਮ ਘਰੇਲੂ ਲੋਕਾਂ ਨੂੰ ਮੱਧ ਵਰਗ ਨੂੰ ਗਰੀਬ ਬੰਦਿਆਂ ਨੂੰ ਕਿੱਥੇ ਲੈ ਆਂਦਾ ਉਸ ਹਾਲਾਤ ਨੇ ਉਸ ਤੋਂ ਪਹਿਲਾਂ ਵਾਲੇ ਹਾਲਾਤ ਮੁੜ ਕੇ ਪੈਦਾ ਕਿਉਂ ਨਹੀਂ ਹੋਏ ਇਸ ਬਾਰੇ ਕਦੇ ਕਿਸੇ ਨੇ ਕੋਈ ਨਹੀਂ ਸੋਚਿਆ ਸਾਲ ਲੰਘ ਗਿਆ ਅਸੀਂ ਉਦੋਂ ਲੋਕਡਾਊਨ ਲੱਗਾ ਸੀ ਜਦੋਂ 500 ਤੋਂ ਥੋੜਾ ਜਿਹਾ ਵਧੇ ਸੀ ਕੇਸ ਜੀ ਤੇ ਸਰਕਾਰ ਨੇ ਇਹਨੂੰ ਕਾਬੂ ਕਰਨ ਲਈ ਪਏ ਹੋਰ ਨਾ ਫੈਲੇ ਤਾਂ ਇਦਾਂ ਦੇ ਸਖਤ ਕਦਮ ਚੁੱਕ ਲੈ ਸੀਗੇ ਜਿਹਦੀ ਨਿੰਦਾ ਵੀ ਬਹੁਤ ਹੋਈ ਸੀ ਨੁਕਤਾਚੀਨੀ ਬਹੁਤ ਹੋਈ ਸੀ ਪਰ ਹੁਣ ਜਦੋਂ ਆਪਾਂ ਉਸ ਦੌਰ ਨੂੰ ਯਾਦ ਕਰਦੇ ਆ ਤਾਂ ਫਿਰ ਕਿਤੇ ਨਾ ਕਿਤੇ ਦਿਮਾਗ 'ਚ ਗੱਲ ਜ਼ਰੂਰ ਆਉਂਦੀ ਹੈ ਵੀ ਸਰਕਾਰ ਨੇ ਉਦੋਂ ਕੁਛ ਨਾ ਕੁਛ ਕੰਮ ਸਹੀ ਕੀਤਾ ਸੀਗਾ ਜੇ ਇਹੋ ਜਿਹਾ ਨਾ ਕੀਤਾ ਹੁੰਦਾ ਫਿਰ ਜੋ ਹਾਲ ਅਮਰੀਕਾ ਦਾ ਹੋਇਆ ਉਦੋਂ ਵੀ ਜ਼ਿਆਦਾ ਮਾੜਾ ਹੋਣਾ ਸੀ ਜੀ ਉਹ ਹਜੇ ਤੱਕ ਵੀ ਕਾਬੂ ਤਾਂ ਹੀ ਨਹੀਂ ਪੈ ਸਕਿਆ ਕਿਉਂਕਿ ਉਹ ਸਾਬਕਾ ਰਾਸ਼ਪਤੀ ਡੋਨਾਲਡ ਟਰੰਪ ਨੇ ਆਪ ਦੇ ਵਪਾਰ ਨੂੰ ਆਪ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਰੱਖਣ ਲਈ ਜਾਂ ਉਹਨੂੰ ਡਾਵਾ ਡਾਲ ਹੋਣ ਤੋਂ ਬਚਾਉਣ ਲਈ ਲੋਕਾਂ ਦੀ ਜਾਨ ਨੂੰ कोरोना ਦੀ ਬਲੀ ਚੜਾਤਾ ਉਹਨੇ ਪਰ ਉਥੇ ਇਹੋ ਜਿਹੇ ਕੋਈ ਪਾਬੰਦੀਆਂ ਨਹੀਂ ਸੀ ਲਾਈਆਂ ਜਿਸ ਕਰਕੇ ਜਿਹਦੇ ਕਰਕੇ ਉਹ ਸਾਰੇ ਦਾ ਸਾਰਾ ਇੰਨੀ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋ ਗਈਆਂ ਨਵੇਂ ਰਾਸ਼ਟਰਪਤੀ ਨੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ ਥੋੜਾ ਜਿਹਾ ਉਹਦੇ ਵਿੱਚ ਰਾਹਤ ਵਾਲੀ ਗੱਲ ਹੈਗੀ ਆ ਜੀ ਹੁਣ 1 ਸਾਲ ਪੂਰਾ ਹੋ ਗਿਆ ਤੇ ਆਪਾਂ ਉਹੀ ਹਾਲਾਤ ਫੇਰ ਪੈਦਾ ਕਰ ਰਹੇ ਆ ਸਰਕਾਰ ਨੂੰ ਮਜਬੂਰ ਕਰ ਰਹੇ ਆ ਕਿ ਤੁਸੀਂ ਆਰਥਿਕ ਪਾਬੰਦੀਆਂ ਫੇਰ ਲਾਓ ਹਮ ਹਮ ਗਾਲੇ ਆਪੇ ਹੁਣ ਆਰਥਿਕ ਪਾਬੰਦੀਆਂ ਸਰਕਾਰ ਫੇਰ ਲਾ ਵੀ ਦਊਗੀ ਜੀ ਤੇ ਮੁੜ ਕੇ ਇਹ ਕਿਹੜੀ ਗਾਰੰਟੀ ਆਪੇ ਕਰੋਨਾ ਫੇਰ ਚੱਲ ਜਾਊਗਾ ਜੀ ਉਸ ਆਰਥਿਕ ਪਾਬੰਦੀਆਂ ਨਾਲ ਕੁਝ ਹੱਦ ਤੱਕ ਕਾਬੂ ਪੈ ਜਾਊ ਪਰ ਜ਼ਿੰਮੇਵਾਰੀ ਤੇ ਲੋਕਾਂ ਦੀ ਸਭ ਤੋਂ ਵੱਧ ਬਣਦੀ ਆ ਜਿਨ੍ਹਾਂ ਨੇ ਇਸ ਨੂੰ ਕੰਟਰੋਲ 'ਚ ਕਰਨਾ ਇਹਦੇ ਪ੍ਰਤੀ ਸੁਚੇਤ ਹੋਣਾ ਤਾਂ ਕਿ ਇਹ ਲਾਗ ਹੋਰ ਵੱਡੀ ਗਿਣਤੀ 'ਚ ਨਾ ਫੈਲੇ ਜੀ ਨਵੇਂ ਸਟੇਜ ਦੀ ਗੱਲ ਜਿਹੜੀ ਹੈ ਇਹ ਹੋਰ ਵੀ ਖਤਰਨਾਕ ਆ ਉੱਠਿਆ ਸੀ ਬਰਤਾਨੀਆਂ ਤੋਂ ਜੀ ਫਿਰ ਬਰਾਜ਼ੀਲ ਵੱਲੋਂ ਚੱਲ ਗਿਆ ਦੱਖਣੀ ਅਫਰੀਕਾ ਤੋਂ ਇਹ ਘਮਦਾ ਘਮਾਉਂਦਾ ਸਟ੍ਰੇਨ ਹੁਣ ਪੰਜਾਬ ਆ ਪਹੁੰਚਿਆ ਜੀ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਪਏ ਜਿਹੜਾ ਅੱਜ ਤੱਕ ਜੋ ਨਵੇਂ ਕੇਸ ਵਧੇ ਆ ਉਹਦੇ ਵਿੱਚ 81% ਜੜੇ ਹੂੰ ਹੂੰ ਉਹ ਨਵੇਂ ਵੇਰੀਐਂਟ ਦੇ ਆ ਇਹ ਬਹੁਤ ਹੀ ਖਤਰਨਾਕ ਗੱਲ ਆ ਜੀ ਇਹ ਇੰਨੀ ਤੇਜ਼ੀ ਨਾਲ ਫੈਲਦਾ ਆ ਪਏ ਜਿਹੜਾ ਪਹਿਲੇ ਕਰੋਨਾ ਨੂੰ ਵੀ ਮਾਤ ਦੇ ਦਿੰਦਾ ਆ ਜੀ ਤੇ ਇਸ ਦਾ ਜਿਹੜਾ ਵੱਡਾ ਕਾਰਨ ਇਹ ਆ ਪਏ ਲੋਕਾਂ ਦੇ ਵਿੱਚ ਅਣਗਹਿਲੀ ਹੂੰ ਹੂੰ ਲੋਕੀ ਬੇਪਰਵਾਹ ਹੋ ਗਏ ਜੀ ਆਪਣੀਆਂ ਜਿੰਨੀਆਂ ਵੀ ਜ਼ਿੰਮੇਵਾਰੀਆਂ ਸੀ ਕਿਆਂ ਸਰਕਾਰਾਂ ਦੇ ਤੈਅ ਕੀਤੇ ਅਸੂਲਾਂ ਨੂੰ ਭੁੱਲ ਗਏ ਡਾਕਟਰਾਂ ਮਾਹਰਾਂ ਵੱਲੋਂ ਤੈਅ ਕੀਤੀਆਂ ਗਾਈਡਲਾਈਨਰ ਨੂੰ ਫੋਲੋਇੰਗ ਕਰ ਰਹੇ ਉਸੇ ਕਾਰਨ ਇਹ ਫੈਲ ਰਿਹਾ ਪਰ ਇਹ ਹੈ ਚਿੰਤਾਜਨਕ ਹੈ ਜੀ ਮੈਂ ਇਹਦੇ ਲਈ ਇੱਕ ਦੂਸਰੀ ਗੱਲ ਇਸ ਤੋਂ ਪਹਿਲਾਂ ਮੈਂ ਕਰਨੀ ਚਾਹੂੰਗਾ ਵੀ ਇੱਕ ਤਾਂ ਟੈਸਟਿੰਗ ਵਧਾਉਣ ਦਾ ਕੰਮ ਵੀ ਕੀਤਾ ਵੀ ਟੈਸਟ ਵੱਧ ਤੋਂ ਵੱਧ ਕੀਤੇ ਜਾਣ ਤਾਂ ਕਿ ਲੋਕਾਂ ਦਾ ਜੜਾ ਇਹ ਪਤਾ ਲੱਗ ਸਕੇ ਤਿੰਨ ਟੀ ਜਿਹੜੇ ਉਹਨੂੰ ਫੋਕਸ ਕੀਤੇ ਆ ਟੈਸਟ ਟਰੈਕ ਔਰ ਟਰੀਟ ਜੀ ਟੈਸਟਿੰਗ ਕੀਤੀ ਜਾਵੇ ਲੱਭਿਆ ਜਾਵੇ ਬੰਦੇ ਮਰੀਜ਼ ਕੌਣ ਆ ਤੇ ਜਦੋਂ ਲੱਭ ਪਵੇ ਤਾਂ ਉਸ ਦਾ ਫੌਰੀ ਤੌਰ ਤੇ ਇਲਾਜ ਕੀਤਾ ਜਾਵੇ ਜੀ ਜੀ ਇਹ ਬਹੁਤ ਜ਼ਰੂਰੀ ਆ ਜਦੋਂ ਮੁੱਖ ਮੰਤਰੀਆਂ ਦੀ ਮੀਟਿੰਗ ਪ੍ਰਧਾਨ ਮੰਤਰੀ ਹੋਰਾਂ ਨੇ ਲਈ ਸੀ ਤਾਂ ਉਹਨਾਂ ਨੇ ਵੀ ਇਹ ਮੰਤਰ ਦਿੱਤਾ ਸੀ ਕਿ ਇਹਦੇ ਤੇ ਪਹਿਰਾ ਦੇਵਾਂਗੇ ਤੇ ਆਪਾਂ ਇਹਨੂੰ ਕੰਟਰੋਲ ਕਰਾਂਗੇ ਬਚਾ ਕਰ ਲਾਂਗੇ ਕੰਟਰੋਲ ਕਰ ਲਾਂਗੇ ਜੀ ਇਹ ਇਹੋ ਜੀ ਨਾਮੁਰਾਦ ਬਿਮਾਰੀ ਆ ਇਹਨੂੰ ਆਪਾਂ ਬੇਸ਼ੱਕ ਜਿੰਨੀ ਮਰਜ਼ੀ ਚੁਟਕਲਿਆਂ ਜ ਵਰਤੀ ਜਾਈਏ ਇਹਦੇ ਬਾਰੇ ਮਜ਼ਾਕ ਉਡਾਈ ਜਾਈਏ ਇਹਦੇ ਬਾਰੇ ਸਿਆਸੀ ਗੱਲਾਂ ਨਾਲ ਜੋੜੀ ਜਾਈਏ ਵੀ ਸਿਆਸਤ ਕਰ ਰਹੀ ਆ ਉਹ ਡਿਫਰੈਂਟ ਇਸ਼ੂ ਆ ਜੀ ਲੋਕਾਂ ਨੂੰ ਆਪਣੀ ਸਿਹਤ ਦੇਖਣੀ ਪਊਗੀ ਹੂੰ ਹੂੰ ਸਿਆਸੀ ਗੱਲਾਂ ਵਾਲਿਆਂ ਨੇ ਸਿਆਸਤ ਜਿਹੜੇ ਪਾਰਟੀਆਂ ਸਿਆਸੀ ਪਾਰਟੀਆਂ ਆ ਉਹਨਾਂ ਨੇ ਤਾਂ ਹਰ ਗੱਲ ਮਿਲ ਨੂੰ ਸਿਆਸੀ ਉਹਨਾਂ ਨੇ ਉਹ ਦੇ ਵਿੱਚ ਉਹ ਸਿਆਸਤ ਲੱਭਣੀ ਹੁੰਦੀ ਆ ਜੀ ਉਹਨਾਂ ਨੇ ਹਰ ਗੱਲ ਦੇ ਨਾਲ ਸਿਆਸੀ ਪੁਣਾ ਜੋੜਨਾ ਹੁੰਦਾ ਆ ਪਰ ਲੋਕ ਕਿੰਨੇ ਜਾਗਰੂਕ ਆ ਇਹ ਆਪਣੇ ਤੌਰ ਤੇ ਦੇਖਣਾ ਰਹੂਗਾ ਵੀ ਤੁਸੀਂ ਆਪ ਦੀ ਸਿਹਤ ਦਾ ਕਿੰਨਾ ਖਿਆਲ ਕਰਦੇ ਆ ਜੀ ਮੈਂ ਇਸ ਗੱਲ ਨੂੰ ਨਵੇਂ ਵੇਰੀਐਂਟ ਨੂੰ ਇੱਕ ਗੱਲ ਹੋਰ ਜੋੜਨਾ ਚਾਹੁੰਦਾ ਪੇ ਮੇਰਾ ਇੱਕ ਮਿੱਤਰ ਆ ਉਹਦੇ ਭਾਂਜੇ ਦੀ ਬਹੁਤ ਯੰਗ ਏਜ ਦੇ ਵਿੱਚ 31 ਸਾਲ ਦਾ ਸਾਰਾ ਉਹ ਇਸ ਉਹਦੇ ਕਹਿਣ ਮੁਤਾਬਕ ਨਵੇਂ ਵੇਰੀਐਂਟ ਦਾ ਸ਼ਿਕਾਰ ਹੋ ਗਿਆ ਜੀ ਇਥੇ ਟੈਸਟਿੰਗ ਦਾ ਸਵਾਲ ਉੱਠਦਾ ਸੀ ਤਾਂ ਮੈਂ ਇਸ ਗੱਲ ਨੂੰ ਜੋੜਨ ਲੱਗਾ ਟੈਸਟਿੰਗ ਦਾ ਸਵਾਲ ਇਸ ਕਰਕੇ ਆ ਕਿ ਜਦੋਂ ਸ਼ੁਰੂਆਤ ਹੋਈ ਸੀ ਨਾ ਉਦੋਂ ਵੀ ਰੌਲਾ ਪਿਆ ਸੀਗਾ ਦੇਖੋ ਜੀ ਟੈਸਟਿੰਗ ਸਹੀ ਨਹੀਂ ਹੋ ਰਹੀ ਆ ਲੈਬ ਵਾਲੇ ਪਾਸੇ ਟੈਸਟਿੰਗ ਹੁੰਦੀ ਸੀ ਫਿਰ ਇਹਨਾਂ ਨੇ ਉਹ ਰੈਪਿਡ ਸ਼ੁਰੂ ਕਰਤੀ ਫਿਰ ਇਹ ਰੌਲਾ ਪਿਆ ਵੀ ਰੈਪਿਡ ਵਾਲੇ ਤੇ ਸਵਾਲ ਉੱਠਦੇ ਆ ਇਹ ਇਹ ਸਹੀ ਐਕੂਰੇਸੀ ਨਹੀਂ ਹੈਗੀ ਇਹਦੀ ਲੈਬ ਵਾਲੀ ਵਧੀਆ ਆ ਕਈ ਤਰ੍ਹਾਂ ਦੇ ਹੁੰਦੇ ਨੇ ਟੀਕਿਆਂ ਬਾਰੇ ਵੀ ਹੁਣ ਭੰਮ ਚੱਲਦਾ ਪਿਆ ਜੇ ਵੀ ਉਸ ਗੱਲ ਨੂੰ ਮੈਂ ਤਾਂ ਇੱਧਰ ਜੋੜਨ ਲੱਗਾ ਪਏ ਉਸ ਬੰਦੇ ਨਾਲ ਜਦੋਂ ਮੈਂ ਅਫਸੋਸ ਕਰਨ ਲਈ ਫੋਨ ਕੀਤਾ ਤੇ ਉਹਨੂੰ ਮੈਂ ਜਾਣਨਾ ਚਾਹਿਆ ਪ ਉਹ ਕਹਿੰਦਾ ਬਈ ਗੱਲ ਕੁਛ ਨਹੀਂ ਸੀ ਚਾਰ ਪੰਜ ਦਿਨ ਪਹਿਲਾਂ ਬੁਖਾਰ ਚੜਿਆ ਹਲਕਾ ਉਹਨੂੰ ਹੂੰ ਹੂੰ ਉਸ ਦੇ ਚੜਨ ਦੇ ਨਾਲ ਘਰਦਿਆਂ ਨੂੰ ਵੀ ਹੋ ਗਿਆ ਉਹਦੀ ਵਾਈਫ ਨੂੰ ਵੀ ਦੋ ਤਿੰਨ ਸਾਲ ਦਾ ਸੀ ਬੱਚਾ ਛੋਟਾ ਉਹਨੂੰ ਵੀ ਫਿਰ ਉਹਦੀ ਮਦਰ ਨੂੰ ਵੀ ਜੀ ਸਾਰਿਆਂ ਨੂੰ ਹੋ ਗਿਆ ਤਾਂ ਜਦੋਂ ਉਹਨੇ ਕਹਿੰਦਾ ਮੈਨੂੰ ਫੋਨ ਕੀਤਾ ਬਈ ਮਾਮਾ ਮੇਰੀ ਸਿਹਤ ਠੀਕ ਨਹੀਂ ਹੈਗੀ ਬਈ ਬੁਖਾਰ ਲੱਗਦਾ ਤੇ ਉਹਨਾਂ ਨੇ ਕਿਹਾ ਬਈ ਸਾਰਿਆਂ ਨੂੰ ਹੋ ਗਿਆ ਪਰਿਵਾਰ ਨੂੰ ਕਹਿੰਦੇ ਯਾਰ ਫਿਰ ਤੁਹਾਨੂੰ ਇਹ ਟੈਸਟ ਕਰਾਉਣਾ ਚਾਹੀਦਾ ਹੂੰ ਹੂੰ ਤੁਹਾਨੂੰ ਕੋਵਿਡ ਹੋ ਗਿਆ ਜੀ ਇਸ ਗੱਲ ਦਾ ਉਹਨੇ ਆਪਣੇ ਤੌਰ ਤੇ ਯਕੀਨ ਦਵਾਤਾ ਫਿਰ ਵੀ ਇਹਨਾਂ ਨੇ ਇੱਕ ਦੋ ਦਿਨ ਨੰਗਾ ਲੇ ਵਿੱਚ ਚੱਲ ਕੋਈ ਦਵਾਈਆਂ ਦੂਈਆਂ ਖਾ ਕੇ ਦੇਖਦੇ ਆਂ ਪੇ ਬੁਖਾਰ ਸ਼ਾਇਦ ਵਾਇਰਲ ਹੋਵੇ ਹਟ ਜਾਊਗਾ ਇਹਨਾਂ ਨੇ ਕੀ ਕੀਤਾ ਜਾ ਕੇ ਫਿਰ ਡਿਸਪੈਂਸਰੀ ਸਰਕਾਰੀ ਜਿਹੜੀ ਆ ਉੱਥੇ ਜਾ ਕੇ ਆਪਦਾ ਤੇ ਵਾਈਫ ਦਾ ਟੈਸਟ ਉੱਥੇ ਕਰਾਇਆ ਬਾਕੀਆਂ ਦਾ ਕਿਸੇ ਹੋਰ ਥਾਂ ਕਰਾਇਆ ਜਿਹੜੀ ਡਿਸਪੈਂਸਰੀ ਤੋਂ ਰਿਪੋਰਟ ਰੈਪਿਡ ਕਰਾਇਆ ਉਹ ਦੋਨਾਂ ਦੀ ਨੈਗੇਟਿਵ ਆ ਗਈ ਜੀ ਜਦੋਂ ਨੈਗੇਟਿਵ ਆ ਜਾਵੇ ਤਾਂ ਬੰਦਾ ਫਿਰ ਆਪਣੇ ਆਪ ਹੋ ਜਾਂਦਾ ਵੀ ਤਸੱਲੀ ਹੋ ਗਈ ਵੀ ਹੁਣ ਆਪਾਂ ਠੀਕ ਹੈ ਕੋਈ ਪ੍ਰੋਬਲਮ ਨਹੀਂ ਉਸ ਗੱਲ ਨੂੰ ਲੈ ਕੇ ਉਹ ਬਹਿ ਗਿਆ ਚੁੱਪ ਕਰਕੇ ਖੈਰ ਪਰਿਵਾਰ ਨੂੰ ਤਾਂ ਮੁੜ ਕੇ ਬੁਖਾਰ ਨਹੀਂ ਚੜਿਆ ਉਹ ਠੀਕ ਹੋ ਗਏ ਇਹਨੂੰ ਫੇਰ ਮੁੜ ਕੇ ਬਰੀਥਿੰਗ ਦੀ ਪ੍ਰੋਬਲਮ ਆਉਣ ਲੱਗ ਪਈ ਜੀ ਦੇਖੋ ਸਮਾਂ ਲੰਘਦਾ ਗਿਆ ਜੇ ਉਹ ਹੀ ਲੈਬ ਤੋਂ ਕਰਾਇਆ ਹੁੰਦਾ ਤਾਂ ਮੇਰੇ ਖਿਆਲ ਜਿਹੜੀ ਮੈਂ ਗੱਲ ਗਾਹਾਂ ਕਰਨੀ ਚਾਹੁੰਨਾ ਤੇ ਵਿਚ ਆ ਹੋ ਸਕਦਾ ਸੀਗਾ ਉਹਨੇ ਵੀ ਇਹ ਕਿਹਾ ਪਿਆ ਅਸੀਂ ਭੰਗ ਦੇ ਭਾਈ ਮੁੰਡਾ ਤੋਰਤਾ ਹੂੰ ਹੂੰ ਉਸ ਦੌਰਾਨ ਉਹਨੂੰ ਜਦੋਂ ਬਰੀਥਿੰਗ ਦੀ ਪ੍ਰੋਬਲਮ ਆਈ ਤਾਂ ਫਿਰ ਉਹਦੀ ਗੱਲਬਾਤ ਸਲਾਹ ਹੋਈ ਤਾਂ ਉਹ ਕਹਿੰਦੇ ਯਾਰ ਇਹ ਠੀਕ ਨਹੀਂ ਹੈਗੀ ਹੋ ਸਕਦਾ ਤੇਨੂੰ ਵਾਇਰਲ ਬੁਖਾਰ ਕਰਕੇ ਜਿਹੜਾ ਮੌਸਮ ਚੇਂਜ ਹੋ ਰਿਹਾ ਇਹਦੇ ਕਰਕੇ ਤੇਨੂੰ ਇਦਾਂ ਦੀ ਪ੍ਰੋਬਲਮ ਆਈ ਹੋਊਗੀ ਵੀ ਤੂੰ ਦਵਾਈ ਦੂ ਹੀ ਲੈ ਇੱਕ ਦੋ ਦਿਨ ਫਿਰ ਲੰਘ ਗਏ ਹੂੰ ਹੂੰ ਜਦੋਂ ਹਾਲਤ ਸੀਰੀਅਸ ਹੋ ਗਈ ਹੂੰ ਹੂੰ ਉਹਨੂੰ ਲੈ ਕੇ ਹਸਪੀਟਲ ਜਾਣਾ ਪਿਆ ਜੀ ਤੇ ਹਸਪੀਟਲ ਵਾਲਿਆਂ ਨੇ ਜਾਂਦਿਆਂ ਕਹਿਤਾ ਵੀ ਤੁਹਾਡੇ ਜਿਹੜੇ ਮੁੰਡੇ ਦੇ 85% ਦੀ ਫੇਫੜ ਵਾਈરસ ਖਾ ਲਿਆ ਜੀ ਮਤਲਬ ਛੋਟੀ ਜਿਹੀ ਨੀ ਲਾਪਰਵਾਹੀ ਛੋਟੀ ਜਿਹੀ ਨੀ ਲਾਪਰਵਾਹੀ ਨਾਲ ਲਾਪਰਵਾਹੀ ਉਹਦੇ ਵੱਲੋਂ ਵੀ ਹੋਈ ਆ ਤੇ ਲਾਪਰਵਾਹੀ ਸਰਕਾਰ ਪੱਖੋਂ ਵੀ ਆ ਜੀ ਰੈਪਿਡ ਵਾਲੇ 네ਗੇਟਿਵ ਦੱਸ ਦੇ ਰਹੇ ਹੂੰ ਹੂੰ ਕਿਉਂ 네ਗੇਟਿਵ ਦਿੱਤੀ ਰਿਪੋਰਟ ਫਿਰ ਹਾਂ ਜੇ ਪੋਜ਼ਿਟਿਵ ਦਿੱਤੀ ਹੁੰਦੀ ਤਾਂ ਉਹਦਾ ਇਲਾਜ ਉਦੋਂ ਸ਼ੁਰੂ ਹੋ ਜਾਣਾ ਸੀਗਾ ਉਸ 네ਗੇਟਿਵ ਰਿਪੋਰਟ ਦੇ ਭਲੇਖੇ ਦੇ ਵਿੱਚ ਹੀ ਉਹ ਆਪ ਦਾ ਇਸ ਕਰਕੇ ਨਹੀਂ ਬਚਾ ਕਰ ਸਕੇ ਪੇ ਚਲੋ ਠੀਕ ਹੈ ਆਪਣੇ ਨੂੰ ਕੋਵਿਡ ਤਾਂ ਹੈ ਨਹੀਂ ਹਮ ਹਮ ਨਾਰਮਲ ਆ ਚਾਹੇ ਵਹਰੇ ਲਿਆ ਚਾਹੇ ਕੁਝ ਮੌਸਮ ਚੇਂਜ ਆ ਉਸ ਗੱਲ ਨੂੰ ਲੈ ਕੇ ਉਹ ਅੰਗੈਲੀ ਵੀ ਕਰ ਗਏ ਤਾਂ ਸਰਕਾਰ ਦੀ ਅੰਗੈਲੀ ਦੇਖੋ ਕਿਦਾਂ ਦੀ ਇਹੋ ਜਿਹੇ ਮਾਮਲੇ ਜਿਹੜੇ ਆਉਣੇ ਨਹੀਂ ਚਾਹੀਦੇ ਤੇਵਾਰ ਜੀ ਪਰਿਵਾਰ ਵਾਲਿਆਂ ਦਾ ਬੱਚਾ ਚਲਾ ਗਿਆ ਜੀ ਪਤਨੀ ਦਾ ਪਤੀ ਤੇ ਬੱਚੇ ਦਾ ਪਿਓ ਚਲਾ ਗਿਆ ਇਹਦੀ ਜ਼ਿੰਮੇਵਾਰੀ ਕੌਣ ਲਏਗਾ ਜ਼ਿੰਮੇਵਾਰ ਕੌਣ ਇਸੇ ਗੱਲ ਕੇ ਮੈਂ ਤਾਂ ਹੀ ਦੁਆਰਾ ਕਹਿਣ ਲੱਗਾ ਪੇ ਆਪਾਂ ਆਪਣੀ ਖੁਦ ਦੀ ਜ਼ਿੰਮੇਵਾਰੀ ਲਵਾਂਗੇ ਫੇਰ ਹੀ ਬਚਾਇਆ ਆਪਣਾ ਵੀ ਪਰਿਵਾਰ ਦਾ ਵੀ ਆਪਣੇ ਸਕੇ ਸੰਬੰਧੀਆਂ ਵੀ ਆਪਾਂ ਜਿੱਥੇ ਜਿੱਥੇ ਵੀ ਜਾਣੇ ਆ ਆਪਾਂ ਸਾਰਿਆਂ ਦਾ ਭਲਾ ਹੀ ਲੋਚਦੇ ਆ ਭਾਈ ਸਾਰੇ ਠੀਕ ਠਾਕ ਰਹਿਣ ਦੌਰ ਹੀ ਇਦਾਂ ਦਾ ਸੀਗਾ ਪਿਛਲੇ ਸਾਲ ਤਾਂ ਇਦਾਂ ਦਾ ਦੌਰ ਸੀ ਫੋਨ ਕਰਕੇ ਪੁੱਛਦੇ ਸੀ ਹਾਂ ਵੀ ਠੀਕ ਆ ਹੂੰ ਉਹ ਇੰਨੇ ਚਿੰਤਤ ਉਹ ਹੋ ਗਏ ਸੀ ਤੇ ਆਪਾਂ ਫੇਰ ਉਸੇ ਦੌਰ ਵਿੱਚ ਜਾ ਰਹੇ ਆ ਸਰਕਾਰ ਨੂੰ ਵੀ ਜਿਹੜੀ ਇਹ ਰੈਪਿਡ ਐਕਸ਼ਨ ਦੀ ਜੀ ਇਸ ਤਰ੍ਹਾਂ ਦੀ ਗੱਲ ਆਈ ਆ ਕਿ 네ਗੇਟਿਵ ਕਿਉਂ ਹੋਇਆ ਜੇ ਸਿਗਾ ਵੀ 네ਗੇਟਿਵ ਤੇ ਬਾਅਦ ਚ ਹੋ ਗਿਆ ਤਾਂ ਉਹਨੂੰ ਉਹ ਤੋਂ ਰੈਫਰ ਕਿਉਂ ਨਹੀਂ ਕੀਤਾ ਗਿਆ ਵੀ ਤੂੰ ਆਹ ਟੈਸਟ ਵੀ ਕਰਾ ਇਸ ਗੱਲ ਤੇ ਵੀ ਸਵਾਲ ਉੱਠਦਾ ਆ ਫਿਰ ਆ ਜਾਂਦੀ ਅੱਗੀ ਅਗਲੀ ਜਿਹੜੀ ਲੋਕਾਂ ਦੀ ਜ਼ਿੰਮੇਵਾਰੀ ਹੁਣ ਜਦੋਂ ਆਪਾਂ ਸਰਕਾਰ ਜੇ ਸਖਤੀ ਕਰਦੀ ਆ ਪਾਬੰਦੀਆਂ ਲਾਉਂਦੀ ਆ ਤਾਂ ਸਰਕਾਰ ਦੇ ਨੁਕਤਾਂ ਜੀ ਨਹੀਂ ਸ਼ੁਰੂ ਹੋ ਜਾਂਦੀ ਆ ਆਪਣੇ ਤੌਰ ਤੇ ਆਪਾਂ ਉਹਨੂੰ ਕੰਟਰੋਲ ਨਹੀਂ ਕਰਦੇ ਜੇ ਆਪਾਂ ਆਪਣੇ ਤੌਰ ਤੇ ਮੰਨ ਲਓ ਵੀ ਹਾਂ ਵੀ ਬਾਹਰ ਕੋਰੋਨਾ ਆ ਨਹੀਂ ਜਾਣਾ ਆਹ ਜੇ ਕੰਮ ਨਹੀਂ ਕਰਨਾ ਸਮਾਜਿਕ ਦੂਰੀ ਬਣਾ ਕੇ ਰੱਖਣੀ ਮਾਸਪਾ ਕੇ ਰੱਖਣਾ ਤਾਂ ਸਰਕਾਰ ਨੂੰ ਲੋੜ ਹੀ ਨਹੀਂ ਪਾਬੰਦੀਆਂ ਲਾਉਣ ਦੀ ਪਰ ਪਾਬੰਦੀਆਂ ਲੱਗਣ ਦੇ ਬਾਵਜੂਦ ਜੇ ਆਪਾਂ 2-4 ਦਿਨ 15 ਦਿਨ ਜੇ ਖਾਣ ਪੀਣ ਤੋਂ ਥੋੜਾ ਜਿਹਾ ਰਹਿ ਜਾਗੇ ਤਾਂ ਕੀ ਆਫਤ ਆਜੂਗੀ ਮੈਂ ਜਲੰਧਰ ਦੀ ਗੱਲ ਦੱਸਦਾ ਜੀ ਹੂੰ ਹੂੰ ਜਲੰਧਰ ਦੇ ਵਿੱਚ ਰਾਤ ਵੇਲੇ ਜਦੋਂ ਕਰਫਿਊ ਲੱਗ ਜਾਂਦਾ ਉਦੋਂ ਤਕਰੀਬਨ ਬੰਦ ਹੋ ਜਾਂਦਾ ਸਾਰਾ ਬਾਹਰ ਵੀ ਰੈਸਟੋਰੈਂਟ ਹੋਟਲ ਵਗੈਰਾ ਸਾਰੇ ਬੰਦੇ ਆ ਫਿਰ ਚਲੋ ਉਹਦਾ ਨਿਯਮ ਮੰਦੇ ਆ ਕਿਉਂਕਿ ਉਹਨਾਂ ਤੇ ਡੰਡਾ ਵੀ ਹੁੰਦਾ ਆ ਪ੍ਰਸ਼ਾਸਨ ਨੇ ਕਦੋਂ ਆ ਕੇ ਉਹਨਾਂ ਦਾ ਲਾਇਸੈਂਸ ਕੈਨਸਲ ਕਰ ਦੇਣਾ ਇਸ ਗੱਲ ਤੋਂ ਡਰਦੇ ਹੁੰਦੇ ਆ ਲੋਕ ਜਿਹੜੇ ਆ ਨੌਜਵਾਨ ਮੁੰਡਿਆਂ ਨੂੰ ਕਹਿ ਦਈਏ ਜਾਣ ਗੈਲੀ ਵਰਤਨ ਵਾਲੇ ਕਈ ਇਹੋ ਜਿਹੇ ਹੁੰਦੇ ਆ ਸਾਰੇ ਨਹੀਂ ਕੁਝ ਲੋਕ ਹੁੰਦੇ ਆ ਉਹਨਾਂ ਨੇ ਕੀ ਕੀਤਾ ਕ ਬਾਰ ਬਣਾ ਲਿਆ ਹੂੰ ਹੂੰ ਤੇ ਉੱਥੇ ਪੀਣ ਲੱਪੇ ਜੀ ਇਹਨਾਂ ਤੋਂ ਪੁੱਛਿਆ ਜਾਵੇ ਜੇ ਜ਼ਿੰਦਗੀ ਰਹੂਗੀ ਤਾਂ ਸਾਰੀ ਉਮਰ ਜੋ ਮਰਜੀ ਐਸ਼ ਕਰਦੇ ਰਹੋ ਜੀ ਤੇ ਜੇ ਜ਼ਿੰਦਗੀ ਨਹੀਂ ਰਹੀ ਤਾਂ ਫਿਰ ਇੱਕ ਦੋ ਦਿਨ ਲਈ ਤੁਸੀਂ ਆਪ ਦਾ ਇੱਥੇ ਇੱਕ ਟੈਂਪੋਰਰੀ ਬਾਰ ਬਣਾ ਕੇ ਕੀ ਇੰਜੋਏ ਕਰਨਾ ਚਾਹੁੰਦੇ ਆ ਕੀ ਦਰਸ਼ਨੋ ਚਾਹੁੰਦੇ ਆ ਹੋਇਆ ਕੀ ਫੇਰ ਮੁੜ ਕੇ ਅਰੈਸਟ ਕਰ ਲਿਆ ਉਹਨਾਂ ਨੂੰ ਜੀ ਉਨਾ ਦੇ ਉਤੇ ਜਿਹੜੀ ਉਲੰਘਣਾ ਦੀ ਧਾਰਾ ਲਾਤੀ ਫਾਇਦਾ ਕੀ ਹੋਇਆ ਫਿਰ ਆ ਜਾਂਦੀ ਗੱਲ ਪੁਲਿਸ ਤੇ ਜੀ ਬਈ ਪੁਲਿਸ ਤੰਗ ਕਰਦੀ ਆ ਮੈਨੂੰ ਇਹ ਕਨਾਲ ਦੇ ਮਿੱਤਰ ਮੇਰੇ ਕਹਿੰਦੇ ਆ ਪੇ ਆਪਾਂ ਨਿਊਜ਼ ਇਹ ਲਗਣੀ ਚਾਹੀਦੀ ਆ ਕਿਸੇ ਅਖਬਾਰ ਚ ਮੀਡੀਆ ਚ ਬਈ ਇੱਕ ਬੰਦਾ ਜੇ ਗੱਡੀ 'ਚ ਜਾਂਦਾ ਤਾਂ ਉਹਨੂੰ ਮਾਸਕ ਦੀ ਲੋੜ ਨਹੀਂ ਫਿਰ ਵੀ ਪੁਲਿਸ ਤੰਗ ਕਰਦੀ ਆ ਮੈਂ ਕਹਾ ਬਿਲਕੁਲ ਨਹੀਂ ਤੰਗ ਕਰਦੀ ਇੱਕ ਬੰਦਾ ਜੇ ਗੱਡੀ 'ਚ ਹੋਵੇ ਜੇ ਆਪਾਂ ਦੋ ਬੈਠੇ ਆ ਤਾਂ ਫਿਰ ਮਾਸਕ ਲਾਉਣਾ ਜ਼ਰੂਰੀ ਆ ਅਗਲੀ ਗੱਲ ਮੈਂ ਉਹਨੂੰ ਫੇਰ ਸਵਾਲ ਕੀਤਾ ਮੈਂ ਕਹਾ ਆਪਾਂ ਪੁਲਿਸ ਤੇ ਕਿਉਂ ਡਿਪੈਂਡ ਕਰਦੇ ਆ ਜੀ ਇਹ ਜ਼ਰੂਰੀ ਕਿਉਂ ਸੋਚਦੇ ਜਾ ਕੇ ਵੀ ਪੁਲਿਸ ਰੋਕੂਗੀ ਫੇਰ ਹੀ ਮੈਂ ਮਾਸਕ ਪਾਉਣਾ ਆਪਾਂ ਨੂੰ ਆਪਣੀ ਸਿਹਤ ਦਾ ਆਪ ਨਹੀਂ ਖਿਆਲ ਕਰ ਸਕਦੇ ਤੇ ਫੇਰ ਉਹਦੇ ਗੱਲ ਚ ਖਾਨੇ ਗੱਲ ਪੈ ਗਈ ਵੀ ਹਾਂ ਠੀਕ ਆ ਆਪਾਂ ਪ੍ਰਸ਼ਾਸਨ ਨੂੰ ਕਿਉਂ ਕਹਨੇ ਆ ਵੀ ਤੁਸੀਂ ਸਾਨੂੰ ਕਹੋਗੇ ਤਾਂ ਹੀ ਅਸੀਂ ਕਰਾਂਗੇ ਜੇ ਹੁਣ ਰੌਲਾ ਪਾਉਂਦੇ ਆਏ ਆ ਇਹ WHO ਦਾ ਨਿਯਮ ਆ ਤੇ ਇਹਦੇ ਲਈ ਸਮਾਜਿਕ ਦੂਰੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਮਾਸਕ ਅਗਲੇ ਥਾਂ ਤੇ ਆਉਂਦਾ ਜਦੋਂ ਸਮਾਜਿਕ ਦੂਰੀ ਰਹੂਗੀ ਤੁਸੀਂ ਦੂਰ ਆ ਮਾਸਕ ਨਾ ਵੀ ਪਾਓਗੇ ਘਰੇ ਬੈਠੇ ਤਾਂ ਵੀ ਸਰ ਜਾਊਗਾ ਪਰ ਜੇ ਤੁਸੀਂ ਸਮਾਜਿਕ ਦੂਰੀ ਨਹੀਂ ਰੱਖਣੀ ਫਿਰ ਮਾਸਕ ਵੀ ਜ਼ਰੂਰੀ ਆ ਤੇ ਜੇ ਸਮਾਜਿਕ ਦੂਰੀ ਨਾ ਰੱਖ ਕੇ ਮਾਸਕ ਵੀ ਨਾ ਰੱਖ ਕੇ ਸੈਨੀਟਾਈਜ਼ਰ ਵੀ ਜ਼ਰੂਰੀ ਆ ਇਹ ਚੀਜ਼ਾਂ ਨੂੰ ਆਪਾਂ ਕਿਉਂ ਨਹੀਂ ਗੋਲਦੇ ਆ ਆਪਾਂ ਪ੍ਰਸ਼ਾਸਨ ਨੂੰ ਹੀ ਜ਼ਿੰਮੇਵਾਰ ਠਹਿਰਾਉਨੇ ਭੱਲੇ ਵੀ ਆਰਥਿਕ ਪਾਬੰਦੀਆਂ ਲਾਤੀਆਂ ਆ ਆਰਥਿਕ ਪਾਬੰਦੀਆਂ ਲਾਉਣ ਨੂੰ ਮਜਬੂਰ ਕਰਦੇ ਆ ਪਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਆਰਥਿਕ ਪਾਬੰਦੀਆਂ ਦੇ ਆੜ ਦੇ ਵਿੱਚ ਆਪਾਂ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਨੂੰ ਮਨਾਉਂਦੇ ਰਹੇ ਲੋਕ ਮੰਨਦੇ ਵੀ ਰਹੇ ਆ ਉਦਾਂ ਹੀ ਕਾਰਨ ਤਾਂ ਹੋ ਸਕਦਾ ਲੋਕਾਂ 'ਚ ਹੋਰ ਜਾਗਰੂਤਾ ਆਵੇ ਜੀ ਅਵਤਾਰ ਜੀ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਇਸ ਮੁੱਦੇ ਤੇ ਵਿਚਾਰ ਸਾਂਝੇ ਕਰ ਰਹੇ ਸੀ ਇਸੇ ਮੁੱਦੇ ਤੇ ਆਪਾਂ ਵਾਪਸ ਪਰਤਦੇ ਹਾਂ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫੇਰ ਤੋਂ ਸਵਾਗਤ ਕਰਦੇ ਹਾਂ ਤੇ ਸ਼ਰਗਿਲ ਜੀ ਐਸੇ ਮੁੱਦੇ ਵਾਲੀ ਪਰਦ ਦੇ ਆ ਬਈ ਇੱਕ ਪਾਸੇ ਤਾਂ ਸਮਾਜਿਕ ਦੂਰੀ ਦੀ ਗੱਲ ਹੁੰਦੀ ਹੈ ਆ ਮਾਸਕ ਪਾਉਣ ਦੀ ਗੱਲ ਹੁੰਦੀ ਹੈ ਪਰ ਸਿਆਸੀ ਰੈਲੀਆਂ ਚ ਤਾਂ ਇਹੋ ਜਿਹਾ ਕੋਈ ਮਾਹੌਲ ਨਜ਼ਰ ਨਹੀਂ ਆਉਂਦਾ ਬਿਲਕੁਲ ਗੱਲ ਤੁਹਾਡੀ ਉੱਥੇ ਆ ਗਏ ਪਿਆ ਆਪਾਂ ਸਿਆਸੀ ਰੈਲੀਆਂ ਵੱਲ ਨੂੰ ਦੇਖਦੇ ਆ ਸਿਆਸੀ ਇਕੱਠਾਂ ਵੱਲ ਨੂੰ ਦੇਖਦੇ ਆ ਫੁਲਾਣੇ ਨੇ ਸਮਾਗਮ ਕਰਾ ਲਿਆ ਉੱਥੇ ਇੰਨੇ ਬੰਦੇ ਸੀ ਉੱਥੇ ਤਾਂ ਕੁਝ ਨਹੀਂ ਹੋਇਆ ਆਪਾਂ ਐਂ ਗੱਲਾਂ ਕਰਦੇ ਹਰੇਕ ਬੰਦਾ ਐਂ ਕਰਦਾ ਜੀ ਫਿਰ ਗੱਲ ਆ ਜਾਂਦੀ ਹੈ ਵੀ ਕਿਸਾਨੀ ਮੋਰਚਿਆਂ ਤੇ ਬੈਠੇ ਉੱਥੇ ਕੁਝ ਨਹੀਂ ਹੋਏ ਭਰਾਵਾ ਹੋਣਾ ਵੀ ਨਹੀਂ ਚਾਹੀਦਾ ਹੂੰ ਹੂੰ ਇਹ ਜ਼ਰੂਰੀ ਥੋੜੀ ਭਿਜੇ ਉੱਥੇ ਇਕੱਠ ਹੋਇਆ ਤਾਂ ਨਹੀਂ ਹੋਇਆ ਤਾਂ ਆਪਾਂ ਕਈਏ ਪੇਕਰ ਹੋਣਾ ਚਾਹੀਦਾ ਜੀ ਇਹ ਤਾਂ ਹਰੇਕ ਦੀ ਸੁੱਖ ਭਲਾ ਮੰਗਣਾ ਚਾਹੀਦਾ ਜੇ ਉੱਥੇ ਨਹੀਂ ਹੋਇਆ ਚੰਗੀ ਗੱਲ ਨਹੀਂ ਹੋਣਾ ਹੋਵੇ ਵੀ ਨਾ ਕਦੇ ਵੀ ਪਰ ਉਹਦੇ ਚ ਜ਼ਿੰਮੇਵਾਰੀ ਇਹ ਬਣਦੀ ਹੈ ਵੀ ਆਪਾਂ ਆਪਣੀ ਪ੍ਰੀਕਾਸ਼ਨ ਵਗ ਰੱਖੋ ਹੂੰ ਹੂੰ ਜਿੰਨੀ ਪ੍ਰੀਕਾਸ਼ਨ ਵੱਧ ਤੋਂ ਵੱਧ ਰੱਖਾਂਗੇ ਉੰਨਾ ਕਰੋਨਾ ਨੂੰ ਸਰਕਾਰੀ ਪਾਬੰਦੀਆਂ ਤੋਂ ਪਹਿਲਾਂ ਹੀ ਮਾ ਦਵਾਂਗੇ ਮਹਾਰਾਸ਼ਟਰ ਸਰਕਾਰ ਬਾਰ ਬਾਰ ਪੈਟ ਹਟਿਆ ਲੋਕਾਂ ਦੇ ਮੂਹਰੇ ਜੀ ਉਹਦਾ ਵਸਠਾ ਕਰੇ ਵਾਰ-ਵਾਰ ਆਪਣੇ ਸੰਬੋਧਨ ਚ ਕਹਿ ਹਟਿਆ ਵੀ ਤੁਹਾਨੂੰ ਮਾਸਕ ਚਾਹੀਦਾ ਕਿ ਪਾਬੰਦੀ ਚਾਹੀਦੀ ਆ ਲੋਕਾਂ ਨੇ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਹੁਣ ਕੀ ਹਾਲ ਆ ਉਥੇ ਇੱਕੋ ਦਿਨ ਚ 30 ਤੋਂ 32000 ਦੇ ਮਾਮਲੇ ਆ ਰਹੇ ਆ ਮੌਤਾਂ ਦੀ ਗਿਣਤੀ ਦਾ ਵੀ ਅੰਕੜਾ ਲਗਾਤਾਰ ਵਧ ਰਿਹਾ ਆ ਬੰਬੇ ਸ਼ਹਿਰ ਦੇ ਵਿੱਚ ਵੀ ਇੱਕ ਦਿਨ ਚ 3000 ਤੋਂ ਵੱਧ ਗਏ ਮਾਮਲੇ ਸ਼ੁਰੂਆਤ ਕਿੱਥੋਂ ਹੋਈ ਸੀਗੀ ਜਿਹੜੇ ਮਹਾਰਾਸ਼ਟਰ ਦੇ ਪਰਲੇ ਜ਼ਿਲ੍ਹੇ ਆ ਹੂੰ ਦੱਖਣ ਵਾਲੇ ਪਾਸੇ ਜਲਗਾਉ ਅਮਰਾਵਤੀ ਅਕੋਲਾ ਪਰਵਾਨੀ ਇਦਾਂ ਦੇ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹਾ ਸ਼ੁਰੂ ਹੋਇਆ ਉਹ ਸਾਰਾ ਜਿਹੜਾ ਆ ਉਹ ਦਿਹਾਤੀ ਇਲਾਕਾ ਆ ਪਿੰਡੂ ਇਲਾਕਾ ਜੀ ਸਾਰਾ ਉੱਥੋਂ ਸ਼ੁਰੂ ਹੋਇਆ ਜਿਹੜੇ ਕੇਸ ਦੁਬਾਰਾ ਆਉਣੇ ਸ਼ੁਰੂ ਹੋਇਆ ਇੰਨੇ ਵਧੇ ਆ ਉੱਥੇ ਹੁਣ ਥੋੜਾ ਜਿਹਾ ਰਾਹਤ ਹੋਈ ਤੇ ਉਹ ਕੇਸ ਜਿਹੜੇ ਸ਼ਹਿਰਾਂ ਵੱਲ ਨੂੰ ਆ ਗਏ ਆ ਸ਼ਹਿਰਾਂ ਦੇ ਵਿੱਚ ਤੁਸੀਂ ਆਮ ਉੱਥੇ ਬਾਜ਼ਾਰਾਂ 'ਚ ਦੇਖੋ ਭੀੜ ਇੰਨੀ ਆ ਵੀ ਕੋਈ ਵੀ ਕਿਸੇ ਲਈ ਪਰਵਾਹ ਨਹੀਂ ਕਰਦਾ ਵੀ ਉਹਨਾਂ ਨੂੰ ਇਦਾਂ ਲੱਗਦਾ ਵੀ ਜਿਦਾ ਇਹ ਆਮ ਵਾਂਗੂ ਜ਼ਿੰਦਗੀ ਰਹਿ ਰਹੀ ਆ ਜ਼ਿੰਦਗੀ ਆਮ ਵਾਂਗੂ 2020 ਤੋਂ ਬਾਅਦ ਰਹੀ ਨਹੀਂ ਆਉਂਦੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਉਦਾਂ ਦੀ ਜ਼ਿੰਦਗੀ ਹਲੇ ਪਰਤਨ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਇਹਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਪੈਂਦਾ ਜਦੋਂ ਇਹ ਕਾਬੂ ਪਾ ਲਾਂਗੇ ਫਿਰ ਆਪਾਂ ਸੋਚਾਂਗੇ ਕਿ ਹਾਂ ਆਪਾਂ ਆਉ ਦੌਰ ਵੀ ਸੀਗਾ ਆਹ ਦੌਰ ਆਪਾਂ ਆਉਂਦੇ ਸਮੇਂ ਦੇ ਵਿੱਚ ਇਹ ਵੀ ਯਾਦ ਰਹੂਗਾ ਜੀ ਨੈਕਸਟ ਪੀੜ੍ਹੀਆਂ ਨੂੰ ਵੀ ਦੱਸਣ ਵਾਲਾ ਬਣੂਗਾ ਕਿ ਆਹ ਵੀ ਦੌਰ ਸੀ ਜਿੱਥੋਂ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਤੌਰ ਤੇ ਸਰਕਾਰ ਨੂੰ ਮਜਬੂਰ ਕੀਤੇ ਬਿਨਾ ਵਿੱਚੋਂ ਨੰਕੇ ਆਏ ਆ ਇਹ ਵੀ ਇੱਕ ਮਿਸਾਲ ਬਣ ਕੇ ਉੱਭਰੂਗਾ ਤੇ ਹੁਣ ਟੀਕਾ ਕਰਨ ਵੱਲ ਆਉਨੇ ਆ ਟੀਕਾ ਬਣ ਗਿਆ ਕਿਤੇ ਲੱਗ ਰਿਹਾ ਕਿਤੇ ਡੋਜ਼ ਦੀ ਟਾਈਮਿੰਗਸ ਦੇ ਵਿੱਚ ਫਰਕ ਪਾ ਦਿੱਤਾ ਗਿਆ ਤੇ ਟੀਕਾ ਕਰਨ ਦੀ ਮੁਹਿੰਮ ਇਸ ਵੇਲੇ ਕਿੱਥੋਂ ਤੱਕ ਪਹੁੰਚੀ ਹੈ ਟੀਕਾ ਕਰਨ ਦਾ ਜਿਹੜਾ ਤੀਸਰਾ ਪੜਾਅ ਸ਼ੁਰੂ ਹੋਣ ਜਾ ਰਿਹਾ 1 ਅਪ੍ਰੈਲ ਤੋਂ ਜੀ ਜਿਹਦੇ ਵਿੱਚ ਇੱਕ ਗੱਲ ਚੰਗੀ ਇਹ ਲੱਗੀ ਆ ਪਏ ਇਹਨਾਂ ਨੇ ਹੁਣ ਸਰਕਾਰ ਨੇ ਕਹਿ ਤਾ ਵੇ 45 ਸਾਲ ਤੋਂ ਉੱਪਰ ਦੇ ਵਰਗ ਵਾਲੇ ਜਿੰਨੇ ਲੋਕ ਆ ਹੂੰ ਹੂੰ ਉਹ ਸਾਰੇ ਇਹ ਵੈਕਸੀਨ ਲਗਵਾ ਸਕਣਗੇ ਪਹਿਲੀ ਤੋਂ ਬਾਅਦ ਜੀ ਪਹਿਲਾ ਪੜਾ ਸੀਗਾ ਉਦੋਂ ਫਰੰਟ ਲਾਈਨਰ ਸੀਗੇ ਜਿਹੜੇ 3 ਕਰੋੜ ਜਿਹੜੇ ਆਮ ਨਰਸ ਸਿਆ ਸਫਾਈ ਸੇਵਕ ਆ ਹਸਪਤਾਲਾਂ ਦੇ ਜਿਹੜੇ ਸਟਾਫ ਆ ਡਾਕਟਰ ਆ ਉਹਨਾਂ ਨੂੰ ਲੱਗਾ ਜੀ ਉਸ ਤੋਂ ਬਾਅਦ ਸੈਕੰਡ ਪੜਾ ਆਇਆ ਜਿਹੜਾ ਉਹ 60 ਸਾਲ ਤੋਂ ਉੱਪਰ ਬਜ਼ੁਰਗ ਹਾਂ ਜਾਂ ਫਿਰ 45 ਤੋਂ 60 ਦੇ ਵਿੱਚ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋ ਗੰਭੀਰ ਬਿਮਾਰੀ ਆ ਜੀ ਉਹਨਾਂ ਨੂੰ ਦੂਜੇ ਪੜਾ ਦੇ ਤਹਿਤ ਟੀਕਾ ਲੱਗਿਆ ਹਾਂ ਤੀਜਾ ਜਿਹੜਾ ਆ ਬਹੁਤ ਅਹਿਮ ਆ ਕਿਉਂਕਿ ਜਿਹੜਾ ਨਵਾਂ ਸਟ੍ਰੇਨ ਆ ਉਹਦੇ ਵਿੱਚ ਵੱਦ ਤੋਂ ਵੱਧ ਨੌਜਵਾਨ ਲਪੇਟ 'ਚ ਆ ਰਹੇ ਆ ਹਾਂ ਇਸ ਉਮਰ ਵਰਗ ਦੇ ਲੋਕ ਜਿਹੜੇ ਆ ਉਹ ਨਵੇਂ ਸਟ੍ਰੇਨ ਦੇ ਵਿੱਚ ਲਪੇਟ ਚ ਆ ਰਹੇ ਆ ਇਸ ਕਰਕੇ ਸਰਕਾਰ ਨੇ ਜਿਹੜਾ ਇਹ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਸਮੇਸਰ ਰੰਧਿਆ ਕੀਤਾ ਪੰਜਾਬ ਸਰਕਾਰ ਨੇ ਵੀ ਇਹ ਮੰਗ ਕੀਤੀ ਸੀ ਪ੍ਰਧਾਨ ਮੰਤਰੀ ਹਰਿਆ ਨੂੰ ਵੀ ਆਪਾਂ ਹੁਣ ਨੌਜਵਾਨਾਂ ਵੱਲ ਨੂੰ ਵੀ ਟੀਕੇ ਦਾ ਧਿਆਨ ਕਰੀਏ ਇਹਨਾਂ ਨੂੰ ਵੀ ਟੀਕੇ ਲੱਗਣ ਤਾਂ ਕਿ ਇਹ ਬਿਮਾਰੀ ਦੇ ਸਾਹਮਣਾ ਜਿਹੜਾ ਕਰਨ ਦੇ ਵਿੱਚ ਸਮਰਥ ਹੋਣ ਤੇ ਇਹ ਬਹੁਤ ਜਲਦੀ ਲਪੇਟ ਚ ਆ ਰਹੇ ਆ ਇੱਕ ਗੱਲ ਹੋਰ ਜਿਹੜੀ ਆ ਕੋਵੀ ਸ਼ੀਲਡ ਆ ਹੂੰ ਜਿਹੜੀ ਕਿ ਦੂਜੀ ਦੋ ਵੈਕਸੀਨ ਆ ਕੋ ਕੋ ਵੈਕਸੀਨ ਆ ਕੋਵੀ ਸ਼ੀਲਡ ਆ ਕੋਵੀ ਸ਼ੀਲਡ ਕਹਿੰਦੇ ਵੇ ਜਿਆਦਾ ਕਾਰਗਰ ਹੋਣ ਕਰਕੇ ਉਹਦੀ ਜਿਹੜੀ ਦੂਜੀ ਡੋਸ ਦਾ ਜਿਹੜਾ ਸਮਾਂ ਆ ਗੈਪ ਆ ਉਹ 4 ਤੋਂ 6 ਹਫ਼ਤੇ ਸੀ ਪਹਿਲਾਂ ਹੁਣ 6 ਤੋਂ 8 ਹਫ਼ਤੇ ਕਰਤਾ ਪਰ ਨਾਲ ਇੱਕ ਸ਼ਰਤ ਹੋਰ ਰੱਖੀ ਵੇ 8 ਹਫ਼ਤਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਫਿਰ ਉਹਦਾ ਅਸਰ ਨਹੀਂ ਹੋਊਗਾ ਇਹ ਅਸਰਦਾਰ ਟੀਕਾ ਹੋਣ ਕਰਕੇ ਹੀ ਉਹਦਾ ਗੈਪ ਵਧਾਇਆ ਵੀ ਉਦੋਂ ਤੱਕ ਇਹਦਾ ਅਸਰ ਰਹੂਗਾ ਸੈਕੰਡ ਡੋਸ ਜਿਹੜੀ 8 ਹਫ਼ਤੇ ਬਾਅਦ ਹੋਊਗੀ ਕੁੱਲ ਗਿਣਤੀ ਜਿਹੜੀ ਆ ਹੁਣ ਤੱਕ ਜੇ ਆਪਾਂ ਦੇਖੀਏ ਤੇ ਮੇਰੇ ਖਿਆਲ 16 ਜਨਵਰੀ ਤੋਂ ਸ਼ੁਰੂ ਹੋਇਆ ਸੀ ਪਹਿਲਾ ਪੜਾ ਜੀ ਤੇ 2 ਮਹੀਨੇ ਲੰਘ ਆਇਆ ਇਹਨਾਂ 2 ਮਹੀਨਿਆਂ ਦੇ ਵਿੱਚ ਟੀਕਾ ਕਰਨ ਦੀ ਰਫ਼ਤਾਰ ਹਜੇ ਮਠੀ ਆ ਜੀ ਕੇਵਲ 4.5 ਕਰੋੜ ਲੋਕਾਂ ਨੂੰ ਹੀ ਟੀਕਾ ਲੱਗ ਚੁੱਕ ਲੱਗ ਸਕਿਆ ਅਜੇ ਤੱਕ ਜੜੀ ਕਿ ਗਿਣਤੀ ਵਧਣੀ ਚਾਹੀਦੀ ਸੀ ਬਹੁਤ ਟੀਕਾ ਕਰਨ ਦੀ ਰਫ਼ਤਾਰ ਨੂੰ ਸਰਕਾਰ ਨੂੰ ਵਧਾਉਣਾ ਪਊਗਾ ਸੂਬਿਆਂ ਨੂੰ ਵੀ ਕਿਹਾ ਗਿਆ ਵੇ ਤੁਸੀਂ ਵੀ ਟੀਕਾ ਕਰਨ ਵਧਾਓ ਤੇ ਨਾਲ ਦੀ ਨਾਲ ਕੇਂਦਰ ਦੇ ਕੈਬਨਿਟ ਨੇ ਕੱਲ ਇਹ ਫੈਸਲਾ ਵੀ ਕੀਤਾ ਵੇ ਜਦੋਂ ਇਹ ਟੀਕਾ ਕਰਨ ਦਾ ਤੀਜਾ ਪੜਾਅ ਸ਼ੁਰੂ ਹੋਣਾ ਹੂੰ ਟੀਕਿਆਂ ਦੀ ਕਿਤੇ ਕਮੀ ਹੈ ਨਹੀਂ ਇਸ ਗੱਲ ਦਾ ਫਿਕਰ ਬਿਲਕੁਲ ਨਾ ਕਰਿਓ ਟੀਕੇ ਦੀ ਬਹੁਤ ਵੱਡੀ ਖੇਪ ਦੇ ਵਿੱਚ ਪ੍ਰੋਡਕਸ਼ਨ ਹੋਈ ਆ ਕਿਤੇ ਵੀ ਮੁੱਕਣ ਦੀ ਗੱਲ ਨਹੀਂ ਆ ਰਹੀ ਸਗੋਂ ਟੀਕੇ ਅਸੀਂ ਵੈਕਸੀਨ ਜਿਹੜੇ ਕਰੋਨਾ ਦੇ ਵਿਦੇਸ਼ਾਂ ਅਜੇ ਵੀ ਭੇਜ ਰਹੇ ਆ ਔਰ ਉੱਥੇ کارਗਰ ਵੀ ਸਾਬਤ ਹੋ ਰਹੇ ਆ ਟੀਕਿਆਂ ਬਾਰੇ ਵਹਿਮ ਭਰਮ ਜਿੰਨੇ ਵੀ ਲੋਕਾਂ ਦੇ ਵਿੱਚ ਆਪਾਂ ਬਾਰ-ਬਾਰ ਕਈ ਪ੍ਰੋਗਰਾਮਾਂ 'ਚ ਕਿਹਾ ਪੇ ਇਹੋ ਜਿਹੇ ਭਰਮ ਕੱਢ ਦਿਓ ਦਿਲ 'ਚੋਂ ਜੇ ਸਰਕਾਰ ਨੇ ਬਣਾਇਆ ਤੇ ਉਹਦੇ ਤੇ ਵਿਸ਼ਵਾਸ ਕਰੋ ਜੇ ਆਪਣੀ ਸਰਕਾਰ ਨੇ ਬਣਾਇਆ ਵਿਦੇਸ਼ਾਂ 'ਚ ਬਣਾਇਆ ਤੇ ਆਪਾਂ ਪਹਿਲਾਂ ਲੱਭਦੇ ਹੁੰਦੇ ਸੀ ਪੇ ਟੀਕਾ ਕਿਉਂ ਨਹੀਂ ਬਣ ਰਿਹਾ ਐਡੇ ਵੱਡੇ ਵੱਡੇ ਵਿਗਿਆਨੀ ਇਸੇ ਵਿਕਸਤ ਇਹ ਤਾਂ ਵੀ ਟੀਕਾ ਨਹੀਂ ਬਣ ਰਿਹਾ ਤੇ ਜੇ ਹੁਣ ਟੀਕਾ ਬਣ ਗਿਆ ਉਹਦੀ ਪਰਖ ਵੀ ਹੋ ਗਈ ਦੂਜੀ ਤੀਜੀ ਸਾਰੇ ਪਰਖਾਂ ਚੋਂ ਪਾਸ ਹੋ ਗਿਆ ਤੇ ਆਪਾਂ ਉਹਨੂੰ ਚੁੱਪਚਾਪ ਲਵਾ ਲੈਣਾ ਚਾਹੀਦਾ ਤਾਂ ਕਿ ਆਪਾਂ ਇਸ ਬਿਮਾਰੀ ਤੋਂ ਬਚ ਸਕੀਏ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵਹਿਮ ਦੀ ਜਾਂ ਭੁਲੇਖੇ ਪਾਉਣ ਦੀ ਕੋਈ ਗੱਲ ਰਹਿਣੀ ਨਹੀਂ ਚਾਹੀਦੀ ਆ ਦੇਵਤਾਰ ਜੀ ਇੱਕ ਨਾ ਮੀਡੀਆ ਚ ਮੈਸੇਜ ਜਿਹੜਾ ਵਾਇਰਲ ਹੋ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਟੀਕਾ ਤਾਂ ਖੁਦ ਲਗਵਾਇਆ ਨਹੀਂ ਉਹ ਤਾਂ ਡਰਾਮੇਬਾਜ਼ੀ ਸੀ ਇਹਦੇ ਬਾਰੇ ਉਹ ਹੀ ਉਹ ਹੀ ਗੱਲ ਹੈ ਜੇ ਇਹੋ ਜਿਹੇ ਜਿਹੜੇ ਸੋਸ਼ਲ ਮੀਡੀਆ ਤੇ ਮੈਸੇਜ ਆਉਂਦੇ ਨਾ ਇਹ ਸਮਾਂ ਜ਼ਿਆਦਾ ਭਰਮ ਪੈਦਾ ਕਰਦੇ ਆ ਲੋਕਾਂ ਦੇ ਵਿੱਚ ਇਹੋ ਜਿਹਾ ਡਰ ਪਾ ਦਿੰਦੇ ਆ ਕਿ ਦੇਖੋ ਜੀ ਫਲਾਨ ਨੇ ਟੀਕਾ ਲਾਇਆ ਤੇ ਉਹਦੇ ਵਿੱਚ ਟੀਕਾ ਹੈ ਹੀ ਨਹੀਂ ਸੀ ਪਾਣੀ ਸੀਗਾ ਕਿਸੇ ਨੇ ਜਾ ਕੇ ਨਹੀਂ ਦੇਖਿਆ ਮੈਂ ਪਿਛਲੇ ਪ੍ਰੋਗਰਾਮ ਚ ਵੀ ਆਪਣੀ ਗੱਲ ਕੀਤੀ ਸੀ ਕਿ ਪੇ ਇੱਕ 60 ਸਾਲ ਤੋਂ ਉਮਰ ਵਰਗ ਵਾਲੇ ਇੱਕ ਸਿਆਣੇ ਬੰਦੇ ਨੇ ਟੀਕਾ ਲਵਾਇਆ ਸੀਗਾ ਤੇ ਉਹਨੂੰ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਨੂੰ ਅਬਜ਼ਰਵੇਸ਼ਨ 'ਚ ਰੱਖਣਾ ਅੱਧਾ ਪੌਣਾ ਘੰਟਾ ਤੁਸੀਂ ਬਹਿ ਜਾਓ ਇੱਥੇ ਕਹਿੰਦੇ ਮੈਨੂੰ ਕੁਝ ਨਹੀਂ ਹੋਇਆ ਆਪਾਂ ਗੱਲ ਕੀਤੀ ਸੀਗੀ ਜੋ ਜਿੰਨਾ ਵਹਿਮ ਭਰਮ ਆਪਣੇ ਮਨ 'ਚ ਪਾ ਕੇ ਜਾਵਾਂਗੇ ਨਾ ਟੀਕਾ ਲਵਾਉਣ ਲਈ ਉਨਾ ਹੀ ਡਰ ਪੈਦਾ ਰਹੂਗਾ ਉਨਾ ਹੀ ਬੰਦਾ ਡਰਦਾ ਡਰਦਾ ਲਵਾਊਗਾ ਤਾਂ ਫਿਰ ਮਨ 'ਚ ਫੇਰ ਆਊਗਾ ਯਾਰ ਹੁਣ ਵੀ ਕੁਝ ਹੋਇਆ ਹੁਣ ਵੀ ਕੁਝ ਹੋਇਆ ਮੈਨੂੰ ਤਾਂ ਕੁਝ ਹੋਇਆ ਨਹੀਂ ਜਦੋਂ ਆਪਾਂ ਇਹ ਸੋਚਾਂਗੇ ਵੀ ਟੀਕਾ ਇਦਾਂ ਦਾ ਲਵਾ ਲਿਆ ਤੇ ਹੁਣ ਇਹਦੇ ਨਾਲ ਆਪਾਂ ਨੂੰ ਸੰਤੁਸ਼ਟੀ ਮਿਲ ਗਈ ਆ ਫੇਰ ਕੁਝ ਨਹੀਂ ਹੋਣ ਲੱਗਿਆ ਇਹ ਜਦੋਂ ਬੀਸੀਜੀ ਦੇ ਟੀਕੇ ਲੱਗਦੇ ਸੀ ਬੱਚਿਆਂ ਨੂੰ ਉਦੋਂ ਪੋਲੀਓ ਦੇ ਲੱਗਦੇ ਸੀਗੇ ਲੋਦਾ ਜਿਹਨੂੰ ਕਹਿੰਦੇ ਉਹ ਲੱਗਦੇ ਸੀਗੇ ਉਦੋਂ ਵੀ ਸ਼ੁਰੂਆਤ ਜਦੋਂ ਹੋਈ ਸੀ ਉਦੋਂ ਮਾਪਿਆਂ ਦੇ ਮਨਾਂ 'ਚ ਇਹ ਸੰਸ਼ੇਅ ਹੁੰਦੇ ਸੀਗੇ ਤੇ ਯਾਰ ਬੱਚਿਆਂ ਨੂੰ ਟੀਕੇ ਲਵਾਉਣਾ ਕਈਆਂ ਥਾਵਾਂ ਤੋਂ ਪੁਛ ਪਛਾਈ ਕਰਦੇ ਸੀਗੇ ਤੁਸੀਂ ਲਵਾਇਆ ਸੀ ਬੱਚਾ ਠੀਕ ਠਾਕ ਆ ਕਿਵੇਂ ਦਾ ਰਿਐਕਸ਼ਨ ਸੀਗਾ ਕੋਈ ਰਿਐਕਸ਼ਨ ਤਾਂ ਨਹੀਂ ਆ ਗਿਆ ਉਹ ਸਾਰਾ ਕੁਝ ਪੁਛ ਪਛਾ ਕੇ ਲਵਾਉਂਦੇ ਸੀ ਹੁਣ ਹੋਟਾ ਹਸਪੀਟਲ ਦੇ ਜਦੋਂ ਬੱਚਾ ਜਨਮਦਾ ਆ ਨਾਲ ਦੇ ਨਾਲ ਹੀ ਟੀਕੇ ਲੱਗ ਜਾਂਦੇ ਆ ਔਰ ਸਭ ਤੋਂ ਪਹਿਲਾਂ ਮਾਪੇ ਉਹਨੂੰ ਤਰਜੀਹ ਦਿੰਦਾ ਭਾਈ ਇਹਦੇ ਪਹਿਲਾਂ ਟੀਕਾ ਲਾ ਦੇ ਹੂੰ ਹੂੰ ਜਿਹੜਾ ਵੀ ਹੈਗਾ ਲੱਗਣ ਵਾਲਾ ਇਸ ਉਮਰ 'ਚ ਜਨਮ ਦੇ ਵੇਲੇ ਉਹ ਲਾ ਦੇ ਅਗਲਾ ਸਾਨੂੰ ਦੱਸ ਦੇ ਟੇਬਲ ਬਣਾ ਕੇ ਕਿ ਕਦੋਂ ਲੱਗਣਾ ਆ ਇਸ ਤਰ੍ਹਾਂ ਅਵੇਅਰ ਹੋਏ ਸੀਗੇ ਹੁਣ ਵੀ ਉਸੇ ਤਰ੍ਹਾਂ ਅਵੇਅਰ ਲੋਕਾਂ ਨੂੰ ਹੋਣਾ ਪਊਗਾ ਕਿ ਜੇ ਮੈਂ ਇਹ ਡੋਸ ਲੈਣੀ ਆ ਤਾਂ ਲੈਣੀ ਮਤਲਬ ਇਹ ਤਾਂ ਹੀ ਬਚਾਇਆ ਜਦੋਂ ਟੀਕਾ ਬਣ ਗਿਆ ਤਾਂ ਉਹਦਾ ਵਧੀਆ ਤਰੀਕੇ ਨਾਲ ਇਸਤੇਮਾਲ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਆਪਾਂ ਆਪਣਾ ਵੀ ਸੇਫ ਰੱਖੀਏ ਤਾਂ ਹੋਰ ਨਾਣੂ ਵੀ ਕਹੀਏ ਭਾਈ ਟੀਕਾ ਲਵਾ ਲਓ ਜਾ ਕੇ ਕੋਈ ਇਹਦੇ ਵਿੱਚ ਗਲਤ ਨਹੀਂ ਹੈ ਜੀ ਤੇ ਸ਼ੇਰਗਿਲ ਜੀ ਬੰਦਾ ਜਦੋਂ ਵੱਡਾ ਹੋ ਜਾਂਦਾ ਤੇ ਸਾਨੂੰ ਲੱਗਦਾ ਕਿ ਉਹ ਸਿਆਣਾ ਹੋ ਗਿਆ ਤੇ ਸਿਆਣੀ ਲੋਕਾਂ ਨੂੰ ਅਸੀਂ ਸਿਆਸਤ ਦੇ ਵਿੱਚ ਵੋਟ ਪਾ ਕੇ ਜਿਤਾਉਨੇ ਆ ਤਾਂ ਕਿ ਸਾਨੂੰ ਸਾਰੀਆਂ ਸਾਡੀਆਂ ਚੀਜ਼ਾਂ ਸਹੂਲਤਾਂ ਦਾ ਖਿਆਲ ਰੱਖੇ ਜੀ ਤੇ ਬਿਹਾਰ ਦੀ ਵਿਧਾਨ ਸਭਾ ਚ ਇਹੋ ਜਿਹੇ ਹੰਗਾਮਾ ਵੇਖ ਕੇ ਲੱਗਦਾ ਹੈ ਕਿ ਛੋਟੀ ਜੀ ਕਲਾਸ ਦੇ ਬੱਚੇ ਵੀ ਮੈਨੂੰ ਲੱਗਦਾ ਕਿ ਇੰਜ ਨਹੀਂ ਕਰਦੇ ਹੋਣੇ ਜਿਵੇਂ ਕੱਲ ਉੱਥੇ ਹੋਇਆ ਜੀ ਤੇ ਉਹ ਸਾਰਾ ਮਾਮਲਾ ਤੁਸੀਂ ਦੱਸੋ ਜਰਾ ਜੀ ਵਿਹਾਰ ਵਿਧਾਨ ਸਭਾ ਦੇ ਵਿੱਚ ਆਪਾਂ ਦੋਹਾਂ ਪੱਖਾਂ ਨੂੰ ਹੀ ਜ਼ਿੰਮੇਵਾਰ ਠਹਿਰਾਵਾਂਗੇ ਜੀ ਇਹਦੇ ਚ ਸੱਤਾਧਾਰੀ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਆ ਤੇ ਵਿਰੋਧੀ ਧਿਰ ਦੇ ਹੰਗਾਮਾ ਕੀਤਾ ਉਹ ਵੀ ਜ਼ਿੰਮੇਵਾਰ ਆ ਹਮਮ ਮਾਮਲਾ ਇਹ ਉੱਠਦਾ ਆ ਕਿ ਉੱਥੇ ਇੱਕ ਪੁਲਿਸ ਐਕਟ ਜਿਹੜਾ ਤਿਆਰ ਕੀਤਾ ਜਿਹੜਾ ਪੇਸ਼ ਕੀਤਾ ਜਾਣਾ ਸੀ ਬਿੱਲ ਹਮ ਉਹਨੂੰ ਲੈ ਕੇ ਰੌਲਾ ਸੀ ਕਿ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਆ ਕਿ ਜਦੋਂ ਜਿਹਨੂੰ ਮਰਜ਼ੀ ਜਿੱਥੋਂ ਮਰਜ਼ੀ ਫੜ ਲਵੇ ਜੀ ਬਿਨਾਂ ਕਿਸੇ ਸੁਣਵਾਈ ਤੋਂ ਜੀ ਉਹਨੂੰ ਲੈ ਕੇ ਵਿਰੋਧੀ ਧਿਰ ਜਿਹੜੀ ਆ ਰਾਸ਼ਟਰੀ ਜਨਤਾ 당 ਆਰ ਜੇ ਡੀ ਦੀ ਆ ਲਾਲੂ ਦੀ ਪਾਰਟੀ ਉਹਨਾਂ ਨੇ ਪਹਿਲਾਂ ਤਾਂ ਉਥੇ ਸੜਕਾਂ ਦੇ ਉੱਤੇ ਪੂਰਾ ਪ੍ਰਦਰਸ਼ਨ ਕੀਤਾ ਹੂੰ ਹੂੰ ਅ ਵਿਖਾਵਾ ਕੀਤਾ ਫਿਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਬਲ ਪ੍ਰਯੋਗ ਕਰਨਾ ਪਿਆ ਲਾਠੀ ਭਰਉਣੀ ਪਈ ਜੀ ਪਾਣੀ ਦੀਆਂ ਬਿਛਾੜਾ ਵੀ ਭਰਉਣੀਆਂ ਪਈਆਂ ਉਥੇ ਵੀ ਕਈ ਉਹਨਾਂ ਦੇ ਜਿਹੜੇ ਬੰਦੇ ਜ਼ਖਮੀ ਵੀ ਹੋਏ ਆ ਜੀ ਉਹ ਸੋ ਸੜਕ ਤੋਂ ਤੁਰਿਆ ਹੋਇਆ ਪਰ ਦਰਸ਼ਨ ਵਿਧਾਨ ਸਭਾ ਚ ਆਣ ਪਹੁੰਚਿਆ ਜੀ ਤੇ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਤਾਂ ਲੋਕਤੰਤਰ ਨੂੰ ਪੂਰੀ ਤਰ੍ਹਾਂ ਸ਼ਰਮਸਾਰ ਕਰ ਦਿੱਤਾ ਲੋਕਤੰਤਰ ਦਾ ਜਨਾਜ਼ਾ ਹੀ ਕੱਢਦਾ ਇਹ ਵੀ ਕਹਿ ਸਕਦੇ ਆ ਜੀ ਇਹਦੇ 'ਚ ਕੋਈ ਅਥਕਥ ਨਹੀਂ ਨਹੀਂ ਹੋਊਗੀ ਇਹਦੇ ਲਈ ਜਿੰਨੀ ਜ਼ਿੰਮੇਵਾਰ ਵਿਰੋਧੀ ਧਿਰ ਨੂੰ ਕਿਹਾ ਜਾ ਰਿਹਾ 19 ਸੱਤਾਧਾਰੀ ਵੀ ਹੈ ਜੀ ਠੀਕ ਹੈ ਤੁਹਾਡਾ ਵਿਰੋਧ ਕਰਨ ਦਾ ਅਧਿਕਾਰ ਆ ਤੁਹਾਨੂੰ ਇਸ ਗੱਲ ਨੂੰ ਸਹਿਮਤੀ ਅਸਹਿਮਤੀ ਕਰਨ ਦਾ ਅਧਿਕਾਰ ਹੈਗਾ ਪਰ ਜੋ ਵਿਧਾਨ ਸਭਾ ਆ ਜਿੱਥੇ ਆਪਾਂ ਕਹਿੰਨੇ ਆ ਲੋਕਤੰਤਰ ਦਾ ਮੰਦਰ ਆ ਜੇ ਉਥੇ ਇਹੋ ਜਿਹਾ ਜਾ ਕੇ ਹੰਗਾਮਾ ਇਹੋ ਜਿਹਾ ਇੰਨਾ ਕੁਝ ਖੜਾ ਕਰ ਦਿੰਨੇ ਆ ਕੁਰਸੀਆਂ ਚੱਕ ਕੇ ਮਾਰੋ ਮਾਈਕ ਚੱਕ ਕੇ ਮਾਰ ਬਿੱਲ ਪਾੜ ਦੇ ਜੇ ਕਰਦੇ ਉਹ ਕਰਦੇ ਕੱਲ ਤਾਂ ਫਿਰ ਹੱਦੇ ਹੋ ਗਈ ਬਿੱਲ ਪਾੜਨ ਤੱਕ ਤਾਂ ਆਪਾਂ ਕਈ ਵਾਰ ਸੁਣਿਆ ਉਹ ਤਾਂ ਸੰਸਦ ਦੇ ਵਿੱਚ ਵੀ ਆਪਣੇ ਬਹੁਤ ਵੱਡੇ ਭਦਰਪੁਰਸ਼ ਆਪਣੇ ਐਮਪੀ ਹੈ ਹੁੰਦੇ ਆ ਜਿਹੜੇ ਉਹ ਬੈਲ ਉੱਥੇ ਪਾੜ ਦਿੰਦੇ ਆ ਫਿਰ ਸਪੀਕਰ ਦੇ ਬੈਲ ਤੱਕ ਪਹੁੰਚ ਜਾਣਾ ਇਹ ਵੀ ਆਪਾਂ ਸੁਣਦੇ ਰਹੇ ਪਹਿਲਾਂ ਤੇ ਇਹ ਆਮ ਵਾਲੀ ਗੱਲ ਆ ਸਪੀਕਰ ਦੇ ਬਿਲਕੁਲ ਜਾ ਕੇ ਨਾਹਰੇ ਬਾਜੀ ਕਰਨੀ ਉਹ ਵੀ ਇਹ ਵੀ ਆਮ ਵਾਲੀ ਗੱਲ ਆ ਪਰ ਵਿਧਾਨ ਸਭਾ ਦੇ ਵਿੱਚ ਤੇ ਇਹ ਦੂਗਾ ਹਾਂ ਬਹੁਤ ਹੋ ਗਿਆ ਉਹ ਵਿਧਾਨ ਸਭਾ ਦੇ ਜਿਹੜਾ ਬਿਹਾਰ ਵਿਧਾਨ ਸਭਾ ਲਈ ਇਤਿਹਾਸ ਦੇ ਵਿੱਚ ਕਾਲਾ ਦਿਨ ਤਾਂ ਜ਼ਰੂਰ ਦਰਜ ਹੋਊਗਾ ਨਾਲ ਦੀ ਨਾਲ ਬਿਹਾਰ ਦੇ ਇਤਿਹਾਸ ਦੇ ਵਿੱਚ ਇੱਕ ਧੱਬੇ ਵਾਂਗੂ ਮੌਜੂਦ ਰਹੂਗਾ ਹਮੇਸ਼ਾ ਤੇ ਬਿਹਾਰ ਦੇ ਵਿਧਾਨ ਸਭਾ ਦੇ ਵਿੱਚ ਆਹ ਕੁਝ ਵੀ ਹੋਇਆ ਸੀ ਉਹ ਅਗਲੀ ਗੱਲ ਕੀ ਹੋਈ ਸੀ ਕਿ ਉਹ ਜਿਹੜੇ 7-8 ਜਿਹੜੀ ਮਹਿਲਾ ਵਿਧਾਇਕ ਸੀਗੇ ਸੀਗੀਆਂ ਜੜੀਆਂ ਉਹਨਾਂ ਨੇ ਜਾ ਕੇ ਸਪੀਕਰ ਨੂੰ ਬੰਦੀ ਬਣਾ ਲਿਆ ਅੱਛਾ ਜੀ ਉਹਦੇ ਜਿਹੜੇ ਚੈਂਬਰ ਨੂੰ ਆਲੇ ਦੁਆਲੇ ਘੇਰ ਲਿਆ ਬਥੇਰੀਆਂ ਉੱਥੇ ਸਾਇਰਨ ਵੱਜਦੇ ਰਹੇ ਸੀਟੀਆਂ ਵੱਜਦੀਆਂ ਰਹੀਆਂ ਪਰ ਇਹਨਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਔਰ ਇਹ ਵੀ ਪਹਿਲੀ ਵਾਰ ਹੋਇਆ ਤੇ ਵਿਧਾਨ ਸਭਾ ਦੇ ਵਿੱਚ ਵਰਦੀ ਧਾਰੀ ਪੁਲਿਸ ਅੰਦਰ ਦਾਖਲ ਹੋਈ ਜੀ ਦਾਖਲ ਹੋਣਾ ਪਿਆ ਜਾਂ ਹੰਗਾਮਾ ਇਸ ਕਦਰ ਵੱਧ ਗਿਆ ਸੀਗਾ ਕਿ ਮਾਰਸ਼ਲਾਂ ਦੇ ਹੱਥ ਕਾਬੂ ਤੋਂ ਬਾਹਰ ਹੋ ਗਈ ਸੀ ਗੱਲ ਪੁਲਿਸ ਨੂੰ ਐਸਐਸਪੀ ਨੂੰ ਡੀਐਮ ਨੂੰ ਐਸਪੀ ਨੂੰ ਵੱਡੀ ਫੋਰਸ ਲੈ ਕੇ ਅੰਦਰ ਜਾਣਾ ਪਿਆ ਸੀ ਜੀ ਤੇਵਤਾਰ ਜੀ ਵਿਚਾਰਾਂ ਤੇ ਚਰਚਾ ਜਾਰੀ ਰੱਖਦੇ ਆਂ ਪ੍ਰੈਸ ਵੱਲੇ ਲੈਨੇ ਆ ਬ੍ਰੇਕ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਆਂ ਤੇ ਸ਼ਿਰਗਿਲ ਜੀ ਆਪਾਂ ਮੁੱਦੇ ਤੇ ਜਿਹੜੇ ਚਰਚਾ ਕਰ ਰਹੇ ਸੀ ਉੱਤੇ ਫੇਰ ਵਾਪਸ ਆਉਨੇ ਆਂ ਬਈ ਬਿਹਾਰ ਵਿਧਾਨ ਸਭਾ 'ਚ ਜੋ ਕਾਰਵਾਈ ਚੱਲ ਰਹੀ ਸੀ ਮੈਂ ਦੱਸ ਰਿਹਾ ਸੀਗਾ ਭਈ ਜਦੋਂ ਉਹਨਾਂ ਨੇ ਚੈਂਬਰ ਨੂੰ ਕੇਰਾ ਪਾ ਲਿਆ ਸੀਟੀਆਂ ਵੱਜੀਆਂ ਮਾਰਸ਼ਲਾਂ ਤੋਂ ਕਾਬੂ ਬੇਕਾਬੂ ਹੋ ਗਈ ਗੱਲ ਤੇ ਪਹਿਲੀ ਵਾਰੀ ਆਪੇ ਇੱਕ ਲੋਕਤੰਤਰ ਦੇ ਮੰਦਰ ਦੇ ਵਿੱਚ ਪੁਲਿਸ ਨੂੰ ਦਾਖਲ ਹੋਣਾ ਪਿਆ ਤੇ ਪੁਲਿਸ ਦੀ ਜਿਹੜੀ ਉਹ ਦਾਖਲ ਹੋਣ ਦੀ ਗੱਲ ਇੱਥੋਂ ਤੱਕ ਪਹੁੰਚ ਗਈ ਪਏ ਉਹਨਾਂ ਨੇ ਵਿਧਾਇਕਾਂ ਨੂੰ ਕਸੀਡ ਕਸੀਡ ਕੇ ਬਾਹਰ ਲਿਆਂਦਾ ਜੀ ਇਹ ਵੀ ਇੱਕ ਵੱਡੀ ਇਤਿਹਾਸਕ ਗੱਲ ਆ ਹੂੰ ਹੂੰ ਤੇ ਜਿਹੜੇ ਜਿਹੜੇ ਵਿਧਾਇਕ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਦਬਾਂਗਾ ਸ਼ੋਅ ਕਰਦੇ ਹੁੰਦੇ ਆ ਮੈਂ ਐਮਐਲਏ ਆ ਹੂੰ ਹੂੰ ਮੈਂ ਇਦਾਂ ਕਰ ਦੂੰ ਮੈਂ ਉਦਾਂ ਕਰ ਦੂੰ ਹੁੰਦਾ ਹੀ ਆ ਅਮ ਦੇਖਦੇ ਆਪਾਂ ਜਿਹੜੇ ਵਿਧਾਇਕ ਚੁਣਿਆ ਜਾਂਦਾ ਤੇ ਉਹ ਘੱਟ ਥੋੜੀ ਹੁੰਦਾ ਕਿਸੇ ਸੀਐਮ ਤੋਂ ਜੀ ਤੇ ਉਹਨਾਂ ਦਾ ਜੋ ਹਾਲ ਉੱਥੇ ਹੋਇਆ ਜੋ ਆਪਾਂ ਵੀਡੀਓ ਜੇ ਦੇਖੀਆਂ ਜੋ ਮੀਡੀਆ ਛਪੀਆਂ ਉਹ ਆਪਣੇ ਆਪ ਚ ਇੱਕ ਬਹੁਤ ਹੀ ਸ਼ਰਮਨਾਕ ਸੀਗਾ ਤੇ ਧੂ ਧੂ ਕੇ ਉਹਨਾਂ ਨੂੰ ਬਾਹਰ ਲਿਆ ਕੇ ਸੱਟਿਆ ਗਿਆ ਕਈਆਂ ਦੇ ਸੱਟਾਂ ਲੱਗੀਆਂ ਕਈਆਂ ਦੇ ਕਈ ਇੱਕ ਇੱਕ ਵਿਧਾਇਕ ਤਾਂ ਬੇਹੋਸ਼ ਵੀ ਹੋ ਗਿਆ ਇਹੋ ਜੀਆਂ ਗੱਲਾਂ ਜਿਹੜੀਆਂ ਆ ਜੇ ਇਸ ਪੱਦਰ ਦੇ ਲੋਕ ਕਰਨ ਲੱਪੈਣ ਤੇ ਅਮਾ ਆਪਾਂ ਜਿਹੜੇ ਆਮ ਲੋਕਾਂ ਨੂੰ ਕੀ ਸਿੱਖਿਆ ਦਵਾਂਗੇ ਜਦੋਂ ਆਪਾਂ ਕਿਸੇ ਆਮ ਲੋਕਾਂ ਦੇ ਵਿੱਚ ਲੜਾਈ ਹੁੰਦੀ ਆ ਤਾਂ ਆਪਾਂ ਕਹਿੰਦੇ ਯਾਰ ਸਿਆਣੇ ਬਣੋ ਵੀ ਤੁਹਾਡੇ ਲਈ ਸ਼ੁਭਾ ਦਿੰਦਾ ਵੇ ਦੇਖੋ ਤੁਹਾਡੀ ਉਮਰ ਜਾ ਐਵੇਂ ਕਹਿ ਦਈਏ ਯਾਰ ਦਾੜੀ ਤੇਰੀ ਚਿੱਟੀ ਹੋ ਗਈ ਆ ਤੂੰ ਇਹ ਕੰਮ ਦਾ ਸ਼ੋਭਾ ਦਿੰਦਾ ਤੇ ਜੇ ਇਹੋ ਜਿਹੇ ਬੰਦੇ ਜਿਹੜੇ ਚੁਣ ਕੇ ਜਾਣ ਜਿਹੜੇ ਨੁਮਾਇੰਦਗੀ ਕਰਨ ਪੂਰੇ ਪੂਰੇ ਹਲਕੇ ਦੀ ਉਹ ਕੀ ਮੈਸੇਜ ਦੇਣਾ ਚਾਹਣਗੇ ਹਮ ਹਮ ਸੱਤਾਧਾਰੀ ਵੀ ਤੇ ਵਿਰੋਧੀ ਧਿਰ ਵੀ ਤੇ ਜੇ ਇਹੋ ਜਿਹੀ ਗੱਲ ਪਹੁੰਚਦੀ ਆ ਵਿਰੋਧ ਵਾਲਿਆਂ ਨੂੰ ਚਾਹੀਦਾ ਆਪਣਾ ਵਿਰੋਧ ਤਰੀਕੇ ਨਾਲ ਦਰਸਾਉਣ ਜੀ ਸਵਿਧਾਨ ਦਾ ਅਧਿਕਾਰ ਜ਼ਰੂਰ ਮਿਲਿਆ ਪਰ ਉਹਨੂੰ ਇਸ ਕਦਰ ਨਾ ਨ ਕਰਨ ਪਏ ਤੁਸੀਂ ਲੋਕਤੰਤਰ ਦੇ ਮੰਦਰ ਦੇ ਵਿੱਚ ਤੋੜਪਨ ਕਰ ਦੇਣਾ ਜੀ ਔਰ ਰਿਪੋਰਟਰਾਂ ਦੀ ਟੇਬਲ ਹੀ ਤੋੜ ਦੇਣਾ ਮਾਈਕ ਹੀ ਤੋੜ ਦੇਣਾ ਇੱਥੋਂ ਤੱਕ ਕੇ ਸਪੀਕਰ ਨੂੰ ਘੇਰਾ ਪਾ ਕੇ ਬਹਿ ਜਾਣ ਇਹ ਕੋਈ ਲੋਕਤੰਤਰ ਵਾਲੀ ਗੱਲ ਨਹੀਂ ਰਹਿੰਦੀ ਆ ਇਹਦੇ ਪ੍ਰਤੀ ਨਿਤਿਸ਼ ਕੁਮਾਰ ਹੋਣਾ ਨੂੰ ਜਾਂ ਜਿਹੜੀਆਂ ਉਥੇ ਪਾਰਟੀਆਂ ਹੋ ਰਿਆ ਉਹਨਾਂ ਨੂੰ ਸੋਚਣਾ ਪਊਗਾ ਕਿ ਅਸੀਂ ਇਹੋ ਜਿਹਾ ਕੰਮ ਕਰ ਦਿੱਤਾ ਅੱਜ ਜੀ ਦੇਵਦਾਰ ਜੀ ਜਿਹੜਾ ਮੁੱਦਾ ਹੈ ਇਸ ਵੇਲੇ ਚਰਚਾ ਦਾ ਵਿਸ਼ਾ ਬਣ ਰਿਹਾ ਉਹ ਹੈ ਪਾਕਿਸਤਾਨ ਦਾ ਇੱਕ ਵਫਦ ਹਿੰਦੁਸਤਾਨ ਚ ਆਇਆ ਹੋਇਆ ਹੈ ਜੀ ਸਿੰਧੂ ਜਲ ਸਮਝੌਤੇ ਤੇ ਕੋਈ ਕਾਰਵਾਈ ਚੱਲ ਰਹੀ ਹੈ ਉਹ ਕਾਰਵਾਈ ਤੇ ਵਿਸਥਾਰਤ ਚ ਦੱਸ ਦਿਓ ਮੈਨੂੰ ਐਂ ਲੱਗਦਾ ਵੀ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਆ ਨਾ ਬਰਫ਼ ਉਹ ਪਿਗਲਣੀ ਕਿਤੇ ਕਿਤੇ ਸ਼ੁਰੂ ਹੋ ਗਈ ਹੈ ਗਰਮੀਆਂ ਆ ਗਈਆਂ ਨੇ ਇਸ ਲਈ ਲੱਗਦਾ ਕਿਉਂਕਿ ਇਹ ਚਾਹੀਦਾ ਵੀ ਆ ਰਵਾਇਤੀ ਗਵੰਢੀ ਆ ਫਿਰ ਵੀ ਆਪਾਂ ਗਵੰਢ ਬਦਲ ਨਹੀਂ ਸਕਦੇ ਉਹ ਤਾਂ ਉੱਥੇ ਰਹਿਣਾ ਜੀ ਉਹਨਾਂ ਦੇ ਵੱਲੋਂ ਸ਼ੁਰੂਆਤ ਜਦੋਂ ਹੋਈ ਸੀ ਨਾ ਤੇ ਉਹਨਾਂ ਦੇ ਫੌਜ ਮੁਖੀ ਬਾਜਵਾ ਹੋਰਾਂ ਨੇ ਬਿਆਨ ਦਿੱਤਾ ਸੀਗਾ ਵੇ ਪਿਛਲੀਆਂ ਗੱਲਾਂ ਭੁਲਾ ਕੇ ਹੂੰ ਹੂੰ ਨਵੀਂ ਸ਼ੁਰੂਆਤ ਕਰੀਏ ਆਪਾਂ ਗੱਲਬਾਤ ਦਾ ਦੌਰ ਚਲਾਈਏ ਜਿਹੜੀ ਨਜ਼ਰ ਦੀ ਖੜੋਤ ਆਈ ਸੀਗੀ ਜੀ ਉਹਦੇ ਵਿੱਚ ਮੁੜ ਕੇ ਇਮਰਾਨ ਖਾਨ ਹੋਰਾਂ ਨੇ ਵੀ ਕਿਤੇ ਨਾ ਕਿਤੇ ਬਿਆਨ ਦਿੱਤਾ ਸੀਗਾ ਜੀ ਉਹਨੂੰ ਲਿਆ ਕੇ ਰਿਐਕਸ਼ਨ ਵੀ ਭਾਰਤ ਵੱਲੋਂ ਦੇ ਰਹੇ ਆ ਵੀ ਨਹੀਂ ਅਤਵਾਦ ਔਰ ਗੱਲਬਾਤ ਇਕੱਠਿਆਂ ਨਹੀਂ ਚਲਦੀ ਆ ਜੀ ਇਨ ਬਿਟਵੀਨ ਇਮਰਾਨ ਖਾਨ ਤੇ ਉਹਦੇ ਪਰਿਵਾਰ ਨੂੰ ਹੋ ਗਿਆ ਕਰੋਨਾ ਜੀ ਉਦੇ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਇੱਕ ਗੁੱਡਵਿਲ ਜੈਸਚਰ ਵਜੋਂ ਇੱਕ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਯਾਰ ਉਹਨਾਂ ਨੂੰ ਕਿਹਾ ਵੀ ਤੁਸੀਂ ਜਲਦ ਠੀਕ ਹੋਵੋ ਬੜਾ ਦੁੱਖ ਦੀ ਗੱਲ ਹੈ ਵੀ ਤੁਸੀਂ ਕੋਰੋਨਾ ਦੇ ਲਪੇਟ ਚ ਆ ਗਏ ਹੂੰ ਹੂੰ ਉਸ ਤੋਂ ਅਗਲੀ ਗੱਲ ਜੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਪਾਕਿਸਤਾਨ ਦਾ ਨੈਸ਼ਨਲ ਡੇ ਸੀਗਾ ਜੀ ਉਹ ਦਿਨ ਉਹਨਾਂ ਨੇ ਨਾਲੇ ਤਾਂ ਨੈਸ਼ਨਲ ਡੇ ਦੀ ਵਧਾਈ ਦਿੱਤੀ ਜੀ ਪੱਤਰ ਲਿਖੇ ਬਕਾਇਦਾ ਨਾਲੇ ਇਮਰਾਨ ਖਾਨ ਨੂੰ ਗੱਲਬਾਤ ਦੇ ਵਿੱਚ ਕਈ ਗੱਲਾਂ ਕਹਿਤੀਆਂ ਉਸ ਪੱਤਰ ਚ ਬਈ ਠੀਕ ਆ ਤੁਹਾਡੀ ਜਿਹੜੀ ਗੱਲਬਾਤ ਦਾ ਤੁਸੀਂ ਕਿੰਨੇ ਪੇ ਹੋਣੀ ਚਾਹੀਦੀ ਆ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਗੁਆਂਢੀ ਦੇਸ਼ ਨਾਲ ਰਿਸ਼ਤੇ ਜੜੇ ਆ ਸੁਧਰਨ ਵਧੀਆ ਸੰਬੰਧ ਬਣਨ ਅਸੀਂ ਵੀ ਸ਼ਾਂਤੀ ਨਾਲ ਬੈਠੀਏ ਤੁਸੀਂ ਵੀ ਬੈਠੋ ਪਰ ਇਹਦੇ ਨਾਲ ਇੱਕ ਗੱਲ ਹੋਰ ਵੀ ਆ ਪੇ ਅਤਵਾਦ ਔਰ ਗੱਲਬਾਤ ਬਰਾਬਰ ਨਹੀਂ ਚੱਲ ਸਕਦੀ ਆ ਅਸੀਂ ਆਪਣੇ ਤੌਰ ਤੋਂ ਪੂਰੀ ਤਰ੍ਹਾਂ ਤਿਆਰ ਆ ਇਦਾਂ ਦੀ ਗੱਲ ਕੋਈ ਨਹੀਂ ਅਸੀਂ ਵੀ ਚਾਹੁੰਦੇ ਸਾਡਾ ਆਣ ਗੁਆਂਢ ਸਾਰਾ ਸਹੀ ਰਵੇ ਮਿਲਕਤ ਵਧੇ ਸਾਡੇ ਆਪਸ ਵਿੱਚ ਜਿਹੜੇ ਰਿਸ਼ਤੇ ਆ ਉਹ ਚੰਗੇ ਬਣਨ ਪਰ ਇਹ ਤੁਹਾਨੂੰ ਤਿਆਗਣਾ ਪਊਗਾ ਅਤਵਾਦ ਦਾ ਰਸਤਾ ਕਿਤੇ ਨਾ ਕਿਤੇ ਜਿਹੜਾ ਤੁਹਾਡੇ ਉੱਤੇ ਵੀ ਇੱਕ ਸਿਰ ਚੜ ਬੋਲ ਰਿਹਾ ਤੁਸੀਂ ਵੀ ਉੱਥੇ ਆਪਾਂ ਦੇਖਦੇ ਆਂ ਆਏ ਦਿਨ ਘਟਨਾਵਾਂ ਅਤਵਾਦੀਆਂ ਨਹੀਂ ਹੁੰਦੀਆਂ ਰਹੀਆਂ ਇਹ ਜਿਹੜੀ ਇਸ ਗੱਲ ਤੋਂ ਲੱਗਦਾ ਹੈ ਕਿ ਇੱਕ ਤਨ ਕਿਤੇ ਜਿਹੜੇ ਬਰਫ਼ ਪਿਗਲਣੀ ਸ਼ੁਰੂ ਹੋ ਗਈ ਆ ਚੰਗੀ ਗੱਲ ਆ ਇਹ ਵਿਗੜਣੀ ਵੀ ਚਾਹੀਦੀ ਆ ਨਵੇਂ ਰਿਸ਼ਤੇ ਜਿਹੜੇ ਆ ਉਹ ਕਾਇਮ ਦੁਬਾਰਾ ਹੋ ਜਾਣੇ ਚਾਹੀਦੇ ਆ ਜੇ ਆਪਾਂ ਸੀਸ 5 ਦੀ ਗੱਲ ਕਰੀਏ ਤੇ ਜਿਹੜੀ ਹੁਣ ਪਿੱਛੇ ਜੇ ਇਹਨਾਂ ਦਾ ਸਮਝੌਤਾ ਹੋਇਆ ਸੀ ਉਸ ਤੋਂ ਬਾਅਦ ਸੀਜ਼ ਫਾਇਰ ਵਾਲੀ ਘਟਨਾ ਹੋਈ ਵੀ ਨਹੀਂ ਜੀ ਜੇ ਆਪਾਂ ਲਗਾਤਾਰ 2003 ਤੋਂ ਬਾਅਦ ਸੀਜ਼ ਫਾਇਰ ਤੋਂ 3 ਸਾਲ ਹੀ ਰਹੀ ਸੀ ਉਸ ਤੋਂ ਬਾਅਦ ਫੇਰ ਉਹ ਜੀ ਘਟਨਾਵਾਂ ਹੋਣ ਲੱਗ ਪਈਆਂ ਸੀ ਕਈ ਜਵਾਨ ਸਾਡੇ ਸ਼ਹੀਦ ਹੋਏ ਸੀਗੇ ਉਧਰ ਵੀ ਨੁਕਸਾਨ ਹੁੰਦਾ ਰਿਹਾ ਦੋਨੋਂ ਪਾਸੇੋਂ ਤੋਂ ਤਾੜੀ ਵੱਜਦੀ ਹੁੰਦੀ ਐ ਇੱਕ ਜਣਾ ਤਾਂ ਬਜਾ ਨਹੀਂ ਸਕਦਾ ਹੁਣ ਜਦੋਂ ਆਪਾਂ ਆ ਸਮਝੋਤੇ ਹੋਏ ਨੂੰ ਵੀ ਕੁਝ ਸਮਾਂ ਹੋ ਗਿਆ ਪਰ ਉਸ ਤੋਂ ਬਾਅਦ ਕੋਈ ਇਹੋ ਜੀ ਜੰਗਬੰਦੀ ਦੀ ਉਲੰਘਣਾ ਦੀ ਗੱਲ ਨਹੀਂ ਆਈ ਆ ਹੁਣ ਆਗੇ ਸਿੰਧੂ ਸਮਝੌਤੇ ਵਾਲੀ ਗੱਲ ਜਿਹੜੀ ਆ ਪਫਤ ਆਇਆ ਹੋਇਆ ਇਹ ਵੀ 2.5 ਸਾਲ ਤੋਂ ਬਾਅਦ ਗੱਲਬਾਤ ਸ਼ੁਰੂ ਹੋਣ ਚੱਲੀ ਆ ਇਹ ਵੀ ਨਵੀਂ ਪਹਿਲ ਆ ਨਵਾਂ ਦੌਰ ਸ਼ੁਰੂ ਹੋਣਾ ਚੰਗੀ ਗੱਲ ਆ ਕਿਉਂਕਿ ਭਾਰਤ ਔਰ ਪਾਕਿਸਤਾਨ ਇਹੋ ਜੇ ਰਵਾਇਤੀ ਦੋਸਤ ਵੀ ਆ ਤੇ ਦੁਸ਼ਮਣ ਵੀ ਸਭ ਤੋਂ ਵੱਡੇ ਆ ਦੋਨੇ ਪਰਮਾਣੂ ਸਮਰੱਥ ਮੁਲਕ ਆ ਦੋਨਾਂ ਦੇ ਵਿੱਚ ਹੀ ਤਾਕਤ ਇੰਨੀ ਤੇ ਦੁਨੀਆ ਦੇ ਵਾਕਰੀ ਵਾਕ ਜਿਹੜੇ ਬਾਕੀ ਦੇਸ਼ ਆ ਉਹ ਵੀ ਡਰਨ ਲੱਗ ਪੈਂਦੇ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਤਣਾਅ ਆ ਜਾਂਦਾ ਜਿਹਨੂੰ ਅਮਰੀਕਾ ਤੱਕ ਵੀ ਰੀਸਟ੍ਰੇਨ ਕਰਨ ਨੂੰ ਕਹਿੰਦਾ ਰਹਿੰਦਾ ਪਰ ਨਹੀਂ ਵੀ ਬਚਾ ਕਰੋ ਰੋਕ ਕੇ ਰੱਖੋ ਆਪਣੇ ਆਪ ਨੂੰ ਸੰਜਮ ਵਰਤੋ ਪਰ ਸੰਜਮ ਵੀ ਉੱਥੋਂ ਤੱਕ ਹੀ ਹੁੰਦਾ ਜਦੋਂ ਫੇਰ ਗੱਲ ਸਿਰ ਤੋਂ ਨੰਗ ਜਾਏ ਤੇ ਫੇਰ ਸੰਜਮ ਵੀ ਵਰਤਣਾ ਔਖਾ ਹੋ ਜਾਂਦਾ ਪਰ ਇਹੋ ਜੀ ਪਹਿਲ ਜੇ ਸ਼ੁਰੂ ਹੋਈ ਆ ਤੇ ਦੋਹਾਂ ਦੇਸ਼ਾਂ ਵੱਲੋਂ ਚੰਗੀ ਤਰ੍ਹਾਂ ਨਾਲ ਸ਼ੁਰੂ ਹੋਣੀ ਚਾਹੀਦੀ ਆ ਕਿ ਅਤਵਾਦ ਦਾ ਕਿਤੇ ਨਾਂ ਵਿੱਚ ਨਹੀਂ ਆਉਣਾ ਚਾਹੀਦਾ ਅਤਵਾਦ ਨੂੰ ਪਾਕਿਸਤਾਨ ਨੂੰ ਤਿਆਗ ਕੇ ਪੂਰੀ ਤਰ੍ਹਾਂ ਉਹਨੂੰ ਲੰਬੂ ਲਾ ਕੇ ਭਾਰਤ ਵੱਲ ਨੂੰ ਆਣਾ ਪਊਗਾ ਤਾਂ ਫਿਰ ਭਾਰਤ ਫਿਰ ਪਹਿਲਾਂ ਹੀ ਬਾਹਾਂ ਖਿਲਾਰ ਕੇ ਬੈਠਾ ਜੇ ਅਤਵਾਦ ਛੱਡ ਦਿੰਦਾ ਤਾਂ ਫਿਰ ਦੋਸਤੀ ਇਹਨਾਂ ਨੂੰ ਕੋਈ ਵੀ ਰੋਕ ਸਕਦਾ ਚਲੋ ਵੈਸੇ ਪਾਕਿਸਤਾਨ ਕਦੋਂ پاک ਸਾਫ ਹੋਏਗਾ ਇਹ ਤਾਂ ਸਮਾਂ ਦੱਸੇਗਾ ਨਹੀਂ ਲੱਗਦਾ ਆਪੇ ਇਮਰਾਨ ਖਾਨ ਹੁਣ ਇੱਧਰਲੇ ਪਾਸੇ ਹੁਣ ਤਿਆਰ ਬੈਠੇ ਕਿਉਂਕਿ ਅੱਗੇ ਜਿਹੜੀ ਹੁੰਦੀ ਸੀ ਸਰਕਾਰਾਂ ਉਹ ਫੌਜ ਦੀ ਘਟਪੁਤਲੀਆਂ ਹੁੰਦੀਆਂ ਸੀ ਵੀ ਜਿੱਦ ਨੂੰ ਫੌਜ ਮੋੜ ਲੈਂਦੀ ਸਰਕਾਰ ਨੂੰ ਉਦੋਂ ਮੋੜਨਾ ਪੈਂਦਾ ਸੀ ਪਰ ਆਹ ਦੌਰ ਦੇ ਵਿੱਚ ਆਪਾਂ ਦੇਖਿਆ ਵੀ ਇਮਰਾਨ ਖਾਨ ਨੇ ਫੌਜ ਦੇ ਨਾਲ ਬਰੜਕੇ ਵੀ ਕੰਮ ਕੀਤਾ ਉਹਨਾਂ ਦੇ ਉੱਤੇ ਸਖਤੀ ਵੀ ਕੀਤੀ ਉਹਨਾਂ ਦੇ ਕੁਝ ਫੈਸਲਿਆਂ ਨੂੰ ਆਪਣੇ ਤੌਰ ਤੇ ਬਦਲਿਆ ਵੀ ਹੈਗਾ ਪਰ ਹਜੇ ਕੋਈ ਇਹੋ ਜੀ ਗੱਲ ਸੁਣਨ ਵਿੱਚ ਆਈ ਨਹੀਂ ਹੈਗੀ ਤੇ ਜੇ ਇਹੋ ਜਿਹਾ ਮਾਹੌਲ ਤਾਂ ਫਿਰ ਉਹਦੇ ਲਈ ਵੀ ਭਾਰਤ ਨਾਲ ਸੰਬੰਧ ਸੁਧਾਰਨ ਦੇ ਵਿੱਚ ਵਧੀਆ ਮੌਕਾ ਮਿਲ ਸਕਦਾ ਹੈ ਤੇ ਐਸ ਵੱਲੇ ਜਿਹੜੀ ਗੱਲ ਸੁਣਨ ਜਾ ਰਹੀ ਹੈ ਕਿ ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਤਾਨ ਛੇਤੀ ਹੀ ਜੰਗੀ ਅਭਿਆਸ ਕਰਨਗੇ ਬਿਲਕੁਲ ਇਹ ਉਸੇ ਕਰੀ ਦਾ ਨਤੀਜਾ ਆ ਹੋ ਸਕਦਾ ਦੋਨੇ ਜੜੀਆਂ ਫੌਜਾਂ ਆ ਜਦੋਂ ਬਾਰਡਰ ਦੇ ਉੱਤੇ ਆਹਮੋ ਸਾਹਮਣੇ ਗੰਨਾ ਤਾਇਨਾਦ ਕਰਕੇ ਖੜੀਆਂ ਹੁੰਦੀਆਂ ਉਹ ਆਪਸ ਵਿੱਚ ਅਭਿਆਸ ਕਰਦੀਆਂ ਦਿਸਣ ਜੀ ਸੰਭਵ ਆ ਅਜੇ ਤਰੀਕਾ ਐਲਾਨ ਨਹੀਂ ਕੀਤਾ ਹੋ ਸਕਦਾ ਨੇੜ ਭਵਿੱਖ ਵਿੱਚ ਕਰ ਲਵੇ ਪਰ ਇਹ ਬਹੁਤ ਵੱਡੀ ਗੱਲ ਹੋਵੇਗੀ ਜਦੋਂ ਰਵਾਇਤੀ ਦੁਸ਼ਮਣ ਇੱਕੋ ਥਾਂ ਤੇ ਅਭਿਆਸ ਕਰਨ ਇੱਕੋ ਹੀ ਨਿਸ਼ਾਨਾ ਫੁੰਡ ਕੇ ਦਿਖਾ ਲੈਣ ਪੇ ਮੈਂ ਕਿੰਨਾ ਤਾਕਤਵਾਰ ਆ ਤੇ ਤੂੰ ਕਿੰਨਾ ਤਾਕਤਵਾਰ ਆ ਇਸ ਗੱਲ ਦਾ ਦੋਨਾਂ ਨੂੰ ਅਹਿਸਾਸ ਹੈਗਾ ਪੇ ਹੈ ਅਸੀਂ ਦੋਨੇ ਬਰਾਬਰ ਦੇ ਆ ਥੋੜਾ ਘਟ ਹੋਣਗੇ ਪਾਕਿਸਤਾਨ ਵਾਲੇ ਭਾਰਤ ਵਾਲੇ ਪਹਿਲੇ ਵੱਧਿਆ ਪਰ ਜਦੋਂ ਅਭਿਆਸ ਦੀ ਗੱਲ ਆ ਜਾਂਦੀ ਹੈ ਤਾਂ ਉੱਥੇ ਫੇਰ ਪਰਖਿਆ ਪਰਖਿਆ ਜਾਂਦਾ ਪੇ ਕੌਣ ਕਿੰਨੇ ਪਾਣੀ ਦੇ ਵਿੱਚ ਆ ਇਹ ਵੀ ਇੱਕ ਬਰਫ਼ ਪਿਗਲਣ ਦੀ ਕੜੀ ਵੱਜੂ ਹੀ ਦੇਖਣਾ ਚਾਹੀਦਾ ਪੇ ਦੋਨੇ ਜਣੀਆਂ ਸਿਨੇਮਾ ਆ ਇਹ ਆਪਸ ਰਲ ਕੇ ਇੱਕ ਸਾਂਝਾ ਅਭਿਆਸ ਸ਼ੁਰੂ ਕਰਨ ਵਾਲੀਆਂ ਜੀ ਦੀਪਕਾਰ ਜੀ ਸਮਾਂ ਤੇ ਆਪਣੇ ਕੁਲ ਥੋੜੇ ਪਰ ਥੋੜੇ ਜੇ ਸਮੇਂ ਦੇ ਵਿੱਚ ਥੋੜਾ ਜਿਹਾ ਵਿਸਥਾਰ ਚਾਹਾਂਗੇ ਮੁੰਬਈ ਦੇ ਵਿੱਚ ਪੁਲਿਸ ਤੇ ਸਰਕਾਰ ਵਿਚਾਲੇ ਹਲਕਾ ਜਾਂ ਬਹੁਤਾ ਟਕਰਾਅ ਚੱਲ ਰਿਹਾ ਹੈ ਇਸ ਵੇਲੇ ਤੇ ਟਕਰਾਅ ਦਾ ਮੇਨ ਮੁੱਦਾ ਕਿੱਥੇ ਹੈ ਪਰਮਿੰਦਰ ਜੀ ਇਹ ਮਸਲਾ ਉੱਠਿਆ ਹਮ ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਮੋਰੇ ਜਦੋਂ ਐਸਯੂਵੀ ਸਕਾਰਪਿਓ ਗੱਡੀ ਮਿਲੀ ਸੀਗੀ ਕਿਸੇ ਨੂੰ ਅੰਦਾਜ਼ਾ ਨਹੀਂ ਹੋਣਾ ਪਏ ਇਹ ਸਕਾਰਪਿਓ ਜਿਹੜੀ ਆ ਇਹ ਉਥੋਂ ਦੀ ਉਹ ਸਰਕਾਰ ਲਈ ਆਫਤ ਬਣ ਕੇ ਆਊਗੀ ਹੂੰ ਹੂੰ ਪਰ ਉਹ ਦੇਖੋ ਸਮਾਂ ਇੰਨਾ ਬਦਲਿਆ ਤੇ ਇੱਕ ਸਰਕਾਰ ਪੀਓ ਤੋਂ ਲੈ ਕੇ ਮੁੜ ਕੇ ਆ ਗਿਆ ਲੈਟਰ ਬੰਬ ਹੂੰ ਹੂੰ ਮੁੜ ਕੇ ਗੱਡੀਆਂ ਦੀ ਇੰਨੀ ਕਿ ਬਰਾਮਦਗੀ ਵਿੱਚ 6 ਗੱਡੀਆਂ ਬਰਾਮਦ ਕਰ ਲਈਆਂ ਜੀ ਹੁਣ ਉਹਦੇ ਵਿੱਚ ਇੱਕ ਨਵਾਂ ਰਿਕਾਰਡਿੰਗ ਬੰਬ ਆ ਗਿਆ ਉਹ ਪਤਾ ਨਹੀਂ ਹੋਰ ਕਿੰਨੇ ਕਿੰਨੇ ਬੰਬ ਫਟਣੇ ਆ ਉਹ ਇਹਦੇ ਵਿੱਚ ਇਹ ਵੀ ਲੱਗਦਾ ਵੀ ਕਿਤੇ ਵਿਰੋਧੀ ਪਾਰਟੀਆਂ ਦਾ ਸਿੱਧੇ ਤੌਰ ਤੋਂ ਆ ਸਿੱਧੇ ਤੌਰ ਤੇ ਹੱਥ ਤਾਂ ਨਹੀਂ ਕਿਤੇ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਦਾ ਕਿਉਂਕਿ ਭਾਜਪਾ ਤੇ ਹਮੇਸ਼ਾ ਦੋਸ਼ ਲੱਗਦੇ ਰਹੇ ਆ ਤੇ ਜਦੋਂ ਸੱਤਾ 'ਚ ਹੁੰਦੀ ਆ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੀ ਆ ਫੇਰ ਇਹ ਸਰਕਾਰ ਨੂੰ ਕਿਵੇਂ ਡੇਗਣਾ ਆ ਉਹਦੇ ਪਹਿਲੇ ਦਿਨ ਤੋਂ ਹੀ ਇਹੋ ਜਿਹੇ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੰਦੀ ਆ ਵੀ ਇਹ ਸਰਕਾਰ ਜਿੰਨੀ ਛੇਤੀ ਜਾਵੇ ਉਨਾ ਹੀ ਚੰਗਾ ਯਾਰ ਖੈਰ ਉੱਥੇ ਮਾਮਲਾ ਪੁਲਿਸ ਦਾ ਤਾਂ ਤਾਂ ਬਣਿਆ ਜਦੋਂ ਸਚਿਨ ਵਜੇ ਐਨਆਈਏ ਦੀ ਗ੍ਰਿਫਤ ਚ ਆਇਆ ਜੀ 16 ਸਾਲ ਜਿਹੜਾ ਇੱਕ ਪੁਲਿਸ ਅਫਸਰ ਸਸਪੈਂਡ ਰਿਆ ਉਹਨੂੰ ਦੁਬਾਰਾ ਰੀਇਨਸਟੇਟ ਕਰਤਾ ਰੀਇਨਸਟੇਟ ਕਰਨ ਤੋਂ ਬਾਅਦ ਉਸੇ ਬੰਦੇ ਨੂੰ ਮੁੜ ਕੇ ਉਹਦਾ ਦੀ ਕ੍ਰਾਈਮ ਦਾ ਇੱਕ ਜਿੰਮਾ ਸੌਂਪ ਦਿੱਤਾ ਜੇ ਇਹਦੇ ਵਿੱਚ ਉਹ ਆਪ ਹੀ ਸ਼ਾਮਲ ਸੀ ਮੁੜ ਕੇ ਉਹਦਾ ਆਪ ਹੀ ਗ੍ਰਿਫਤਾਰ ਹੋਣਾ ਗਾਜ ਡਿਗਣੀ ਆ ਕੇ ਪੁਲਿਸ ਕਮਿਸ਼ਨਰ ਦੇ ਪੁਲਿਸ ਕਮਿਸ਼ਨਰ ਜਿੰਨਾਜ਼ਰ ਖੁਦ ਪੁਲਿਸ ਕਮਿਸ਼ਨਰ ਸੀ ਉਦੋਂ ਕੁਝ ਨਹੀਂ ਬੋਲਦਾ ਜਦੋਂ ਉਹਨੂੰ ਹਟਾਤਾ ਜਾਂਦਾ ਫਿਰ ਉਹ ਵੀ ਨਵੇਂ-ਨਵੇਂ ਲੈਟਰ ਬੰਮ ਚ ਖੋਲਦਾ ਇਹ ਵੀ ਇੱਕ ਸਵਾਲ ਆ ਵੀ ਜਦੋਂ ਤੁਸੀਂ ਪੁਲਿਸ ਕਮਿਸ਼ਨਰ ਸੀ ਤੁਹਾਡੇ ਹੁੰਦਿਆ ਸਚਨ ਵਜੇ ਫੜਿਆ ਗਿਆ ਤੁਹਾਡੇ ਹੁੰਦਿਆ ਸਕਾਰਪੀ ਦੀ ਧਾਰਾ ਪੁਲਿਸ ਵੱਲੋਂ ਤੁਰੀਆਂ ਉਦੋਂ ਤੁਸੀਂ ਬੋਲੇ ਨਹੀਂ ਜਦੋਂ ਉਦੋਂ ਸਰਕਾਰ ਨੇ ਤੁਹਾਡਾ ਤਬਾਦਲਾ ਡੀਜੀ ਹੋਮਗਾਰਡ ਬਣਾਤਾ ਫਿਰ ਤੁਸੀਂ ਲੈਟਰ ਬੰਪ ਆਤਾ ਵੀ ਮੈਂ ਤਾਂ ਤੁਹਾਨੂੰ ਲੈਟਰ ਲਿਖੀ ਸੀਗੀ ਜੀ ਉਹੀ ਸਚਨ ਵਜੇ ਆ ਜਿਹੜਾ ਪਰਮਵੀਰ ਸਿੰਘ ਨੂੰ ਸਿੱਧਾ ਜਵਾਬਦੇ ਸੀਗਾ ਚਾਰ ਜੜੀਆਂ ਲੇਹਰਾ ਹੁੰਦੀਆਂ ਅਫਸਰਾਂ ਦੀਆਂ ਜਿਹਦੇ ਤੋਂ 5ਵੇਂ ਨੰਬਰ ਤੇ ਸਚਨ ਵਜੇ ਸੀ ਉਹ ਆਪਣੇ ਸੀਨੀਅਰ ਨੂੰ ਜਵਾਬਦੇ ਹੁੰਦਾ ਸੀ ਉਹ ਤੋਂ ਗਾਹਾਂ ਉਹ ਤੋਂ ਗਾਹਾਂ ਚਾਰ ਜਾ ਕੇ 5ਵੇਂ ਨੰਬਰ ਤੇ ਕਿਤੇ ਪਰਮਵੀਰ ਦੀ ਘਰ ਆਉਂਦੀ ਸੀ ਪਰ ਇਸ ਮਾਮਲੇ ਇੱਥੇ ਮਹਾਰਾਸ਼ਟਰ ਦੇ ਵਿੱਚ ਸਚਿਨ ਵਜੇ ਇੱਕੋ ਇੱਕ ਐਸਾ ਅਸਰ ਸੀਗਾ ਜਿਹੜਾ ਸਿੱਧਾ ਪੁਲਿਸ ਕਮਿਸ਼ਨਰ ਨੂੰ ਰਿਪੋਰਟ ਕਰਦਾ ਜਵਾਬਦੇਹ ਸੀ ਰਿਪੋਰਟ ਕਰਦਾ ਸੀ ਉਦੋਂ ਪਰਮਵੀਰ ਨੂੰ ਚੰਗਾ ਲੱਗਦਾ ਸੀ ਸਚਿਨ ਵਜੇ ਇਹ ਹੀ ਪੁਲਿਸ ਅਫਸਰ ਸੀ ਸਚਿਨ ਵਜੇ ਜਿਹਨੂੰ ਪਰਮਵੀਰ ਹਰੇਕ ਹਾਈ ਪ੍ਰੋਫਾਈਲ ਜਿਹੜਾ ਸੀ ਕੇਸ ਉਹ ਇਹਦੇ ਅਗਵਾਈ ਚ ਹੀ ਦਿੰਦੇ ਸੀਗੇ ਫਿਰ ਚਾਹੇ ਟੀਆਰਪੀ ਸਕੈਮ ਹੋਵੇ ਫਿਰ ਸਾਇ ਸੁਸ਼ਾੰਤ ਖੁਦਕੁਸ਼ੀ ਮਾਮਲਾ ਸੀਗਾ ਫਿਰ ਚਾਹੇ ਜਿਹੜਾ ਅਰਨਵ ਗੋਸਵਾਮੀ ਇਸ ਕਤਲ 'ਚ ਫਸਿਆ ਸੀਗਾ ਉਹ ਕੇਸ ਵੀ ਸਚਨ ਵਜੇ ਨੂੰ ਪਰਮਵੀਰ ਨੇ ਹੀ ਦਿੱਤਾ ਸੀ। ਇਹੀ ਪਰਮਵੀਰ ਆ ਜਿਹੜਾ ਸੁਸ਼ਾੰਤ ਦੇ ਮਾਮਲੇ 'ਚ ਕਹਿੰਦਾ ਸੀ ਸੀਬੀਆਈ ਦੀ ਲੋੜ ਨਹੀਂ ਮਹਾਰਾਸ਼ਟਰ ਪੁਲਿਸ ਕੰਮ ਕਰ ਜਾਊਗੀ ਅੱਜ ਉਹ ਕਹਿੰਦਾ ਸੀ ਸੀਬੀਆਈ ਦੀ ਜਾਂਚ ਹੋਵੇ ਇਹਦੇ ਪਿੱਛੇ ਕਿੰਨੇ ਸਵਾਲ ਉੱਠਦੇ ਆ ਇਹ ਕਿੱਥੇ ਕਿੱਥੇ ਖੜੀ ਆ ਇਸ ਗੱਲ ਦੀ ਵੀ ਜਿਹੜੇ ਵਿਰੋਧੀ ਪਾਰਟੀ ਆ ਉਹ ਨਵੇਂ ਤਾਂ ਨਵੇਂ ਬੰਬ ਲੈ ਕੇ ਆ ਰਹੀ ਆ ਤੁਹਾਡੇ ਆਪ ਦੇ ਇੰਟੈਲੀਜੈਂਸ ਵਿਰੋਧੀਆਂ ਨੂੰ ਕੀ ਦੇ ਰਹੀ ਆ ਇਹ ਉਦੋਂ ਸਰਕਾਰ ਨੂੰ ਉਦੋਂ ਠਾਕਰੇ ਨੂੰ ਸ਼ਰਦ ਪਵਾਰ ਨੂੰ ਅਨਿਲ ਦੇਸ਼ਮੁਖ ਜਿਹੜਾ ਐ ਇਸ ਵੇਲੇ ਮੇਨ ਜਿਹੜਾ ਆ ਫੋਕਸ ਪੁਆਇੰਟ ਬਣਿਆ ਹੋਇਆ ਇਹਨਾਂ ਨੂੰ ਸੋਚਣਾ ਪਊਗਾ ਪੇ ਸਾਰਾ ਕੁਝ ਸਰਕਾਰ ਨੂੰ ਡੇਗਣ ਦੀ ਚਾਲ ਤਾਂ ਨਹੀਂ ਆ ਪਰ ਅੰਬੀਰ ਉਹੀ ਬੰਦਾ ਆ ਜਿਹਦਾ ਮੁੰਡਾ ਇੱਕ ਭਾਜਪਾ ਦੇ ਐਮਪੀ ਨੂੰ ਵਿਆਹਿਆ ਹੋਇਆ ਭਾਜਪਾ ਦੇ ਨਾਲ ਉਹ ਰਿਲੇਸ਼ਨ ਪਹਿਲਾਂ ਤੋਂ ਹੀ ਆ ਇਸ ਗੱਲ ਦੇ ਉੱਤੇ ਵੀ ਬਹੁਤ ਕੋਈ ਸਵਾਲ ਉੱਠਦੇ ਆ ਮੁੱਦਾ ਦੇ ਬਹੁਤ ਵੱਡਾ ਖਲਾਰਨ ਵਾਲਾ ਕਿਲਰਨ ਵਾਲਾ ਜਿੱਥੋਂ ਤੱਕ ਪਹੁੰਚ ਗਿਆ 6 ਗੱਡੀਆਂ ਮਿਲਣੀਆਂ ਕੋਈ ਛੋਟੀ ਗੱਲ ਨਹੀਂ ਹੈਗੀ ਹੋਰ ਵੀ ਕਈ ਖੁਲਾਸੇ ਹੋ ਰਹੇ ਆ ਪਰ ਅਸਲ ਮੁੱਦਾ ਜਿਹੜਾ ਸੀਗਾ ਪਏ ਉੱਥੇ ਜਿਹੜੀਆਂ ਗੱਡੀ ਖੜੀ ਕੀਤੀ ਸੀ ਸਕਰਪੀਓ ਉਤੋਂ ਭਟਕ ਕੇ ਆ ਕੇ ਹੁਣ ਸਰਕਾਰ ਦੀ ਆਫਤ ਤੇ ਬਣ ਗਿਆ ਹੈ ਜੀ ਜੀ ਵੈਸੇ ਬੜਾ ਵੱਡਾ ਇਹ ਮੁੱਦਾ ਤੁਸੀਂ ਕਿਹਾ ਸੱਚਮੁੱਚ ਕਿ ਜਿੱਤੇ ਜਿੰਨੀ ਵਿਚਾਰ ਕੀਤੀ ਜਾਏ ਤੇ ਹੋਰ ਪਰਤਾਂ ਵੀ ਖੁੱਲਣਗੀਆਂ ਪ੍ਰੈਸ ਵਾਲੇ ਪਰਤਾਂ ਅਸੀਂ ਸਮੇਂ ਦੀਆਂ ਨਹੀਂ ਖੋਲ ਸਕਦੇ ਕਿਉਂਕਿ ਸਮਾਂ ਆਪਣੀ ਚਾਲ ਤੇ ਅੱਗੇ ਚੱਲ ਰਿਹਾ ਤੁਸੀਂ ਸਟੂਡੀਓ ਚ ਆਏ ਆਪਣੇ ਵਿਚਾਰ ਸਾਂਝੇ ਕੀਤੇ ਵਕਫ ਵਕ ਮੁੱਦਿਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਪ੍ਰੋਗਰਾਮ ਦੇ ਅੱਜ ਦੇ ਹਿੱਸੇ ਨਾਲ ਜੁੜਨ ਲਈ